ਗੌਰਾ ਮਾਂ ਦਾ ਵਿਲਖ ਹੈ ਦੂਜਾ, ਸਭ ਤੋਂ ਪਹਿਲੇ ਹੁੰਦੀ ਪੂਜਾ। ਇਹਨੂੰ ਲੱਡੂਆਂ ਦਾ ਅੱਲਾ ਮੁਹੰਮਦ ਜਾਰੀ ਯਾਰ ਹਾਜੀ ਖਵਾਜਾ ਕੁਤਬ ਫਰੀਦ ਅੱਲਾ। ਗਵਈਏ ਦਾ ਕੋਈ ਧਰਮ ਨਹੀਂ ਹੈਗਾ ਜੇ ਤੁਸੀਂ ਕਹੋ। ਤੁਹਾਡੀ ਹਕੀਮਤ ਹੁਣ ਪੈ ਰਹੀ ਆ। ਹਾਂਜੀ ਹਾਂਜੀ, ਕਿਉਂ ਪੈ ਰਹੀ ਹੈ? ਹੁਣ ਮੈਂ ਆਪਣੇ ਚੈਨਲ 'ਤੇ ਇੱਕ ਵੀਡੀਓ ਪਾਈ ਹੈ ਆਪਣੇ ਕੀਰਤਨ ਦੀ, ਉਹਨੂੰ ਸਿਰਫ 150 ਬੰਦੇ ਨੇ ਦੇਖਿਆ। ਉਹਨੂੰ ਲਿੰਕ ਨੂੰ ਆਪਾਂ ਮੇਰੀ ਸਟੋਰੀ ਵਿੱਚ ਬੋਲ ਕੇ ਆਪਾਂ ਪਾਉਂਦੇ ਹਾਂ, ਉਹਨੂੰ ਮੈਂ ਬਾਅਦ 'ਚ ਦੇਖ ਰਿਹਾ ਤਾਂ 15,000 ਵਿਊ ਪੈ ਗਿਆ। ਬਾਬਾ ਜੀ ਬਹੁਤ ਸੋਹਣੀ, ਬਾਬਾ ਜੀ ਬਹੁਤ ਸੋਹਣੀ ਆਵਾਜ਼, ਬਾਬਾ ਜੀ ਬਹੁਤ ਸੋਹਣੀ ਆਵਾਜ਼। ਮੈਂ ਕਿਹਾ ਯਾਰ ਉਹੀ ਬਾਬਾ ਪਹਿਲਾਂ ਸੀ ਅੱਜ ਤੋਂ 5 ਸਾਲ ਪਹਿਲਾਂ, ਪਹਿਲਾਂ ਕਿਉਂ ਨਹੀਂ ਬਾਬਾ ਸੋਹਣਾ ਲੱਗਿਆ ਤੁਹਾਨੂੰ? ਭਾਈ ਤੇ ਗੱਲ ਚ ਕੀ ਪਾਇਆ? ਉਹਦਾ ਦੱਸਦੇ ਆ ਜੀ, ਇਹ ਪਹਿਲਾਂ ਸਿੰਘ ਜਦੋਂ ਜੰਗ ਲੜਦੇ ਸੀ ਨਾ, ਉਹ ਘਾਇਲ ਹੁੰਦੇ ਸੀ ਅਤੇ ਮੁਸਲਮਾਨ ਜਿਹੜੇ ਮੁਗਲ ਆ ਉਹਨਾਂ ਦੀ ਦਸਤਾਰਾਂ 'ਤੇ ਪੈਰ ਮਾਰ ਕੇ, ਸਿਰਾਂ 'ਤੇ ਪੈਰ ਮਾਰ ਕੇ ਦੇਖਦੇ ਸੀ ਵੀ ਇਹ ਜੀਂਦੇ ਕਿ ਨਹੀਂ। ਇਹ ਵੈਸੇ ਕੋਈ ਐਡਾ ਕੋਈ ਇਸ਼ੂ ਨਹੀਂ ਹੈਗਾ, ਵੈਸੇ ਸ਼ੌਂਕ ਨਾਲ ਚਸਨ ਪਾਇਆ ਵੀ ਸਾਡੀ ਪਛਾਣ ਰਵੇ ਵੀ ਆਪਾਂ ਛੱਤਰੀ ਪੁੱਤਰ ਹਾਂ। ਤੁਹਾਡੀ ਨਾ DP 'ਤੇ ਅਸਾਈਨ ਹੈ ਮੇਰੇ ਖਿਆਲ ਨਾਲ, ਨੀਲੂ ਵੀ ਨਾ ਤੇਰਾ? ਹਾਂ ਅੱਛਾ, ਕਿੱਥੇ ਤੁਹਾਡੀ DP 'ਤੇ ਇਹ ਚੀਜ਼ ਆ? ਹਾਂ ਦਲਜੀਤ ਨੇ ਵੀ ਕੀਤਾ, ਲੋਕੀ ਸੋਚਦੇ ਹੋਣੇ ਕਿਤੇ ਵਾਇਰਲ ਹੋਣ ਦੇ ਬਹਾਨੇ ਤਾਂ ਨਹੀਂ ਬਾਬਾ ਹੀ ਕਰੀ ਜਾਂਦੇ? ਉਹ ਮੈਂ ਰੀਲ ਪਾਈ ਆ, ਉਹ 15 ਮਿੰਟ 'ਚ ਮਹਾਰਾਜ ਉਹ 90,000 ਚਲੇ ਗਏ। 15 ਮਿੰਟ ਮੇਲ ਕਦੋਂ ਆਈ ਸੀ ਤੁਹਾਨੂੰ? ਮੇਲ ਆਈ ਮੈਨੂੰ 4 ਕੁ ਦਿਨ ਹੋ ਗਏ, 4-5 8 ਤੋਂ 10 ਬਿਲੀਅਨ ਤੁਹਾਡੇ, ਜੇ ਤੁਸੀਂ ਮਤਲਬ ਕਿ ਸਾਰੀਆਂ ਸਾਡੀਆਂ ਗੱਲਾਂ ਹਦਾਇਤਾਂ ਮੰਨ ਜਾਂਦੇ ਹਾਂ, 8 ਤੋਂ 10 ਬਿਲੀਅਨ, ਪਰ ਸਾਡੇ ਲਈ 8 ਤੋਂ 10 ਬਿਲੀਅਨ ਭਾਈ ਸਾਹਿਬ ਜੀ ਬਹੁਤ ਛੋਟਾ ਇਲੂਮਨਾਤੀ ਜੀ। ਪੁੱਛੋ ਕਿਉਂ? ਕਿਉਂਕਿ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੁੱਲ ਕੋਈ ਨਹੀਂ ਆ, ਜਿਹੜਾ ਸਾਡਾ ਪਿਓ ਆ ਉਹ ਬੜੀ ਛੋਟੀ ਚੀਜ਼ ਹੈ। ਭਾਜੀ ਤੁਸੀਂ ਇੱਕ ਰੀਲ ਪਾਈ ਸੀਗੀ ਹੈ 15,000 ਵਾਲੀ, 20,000 ਦੀ, 20,000 ਇੱਕ ਇੰਸਟਾਗ੍ਰਾਮ 20,000 ਰੁਪਏ ਲੈ, ਇੱਕ ਇੰਸਟਾਗ੍ਰਾਮ ਕ੍ਰੀਏਟਰ 20,000 ਰੁਪਏ ਲੈਂਦਾ। ਹਾਂ ਰੀਲ ਪਾਉਣ ਹੈ ਨਾ, ਤੁਸੀਂ ਤਾਂ ਨਹੀਂ ਕਿਤੇ 20,000 ਰੁਪਏ ਲੈਂਦੇ? ਨਹੀਂ ਐਕਚੁਅਲ ਹੈਗੀ ਆ, ਅਸੀਂ ਪੈਸੇ ਦੇਖੋ ਜੇ ਕਿਸੇ ਬੰਦੇ ਨੇ ਮਿਹਨਤ ਕੀਤੀ ਆ ਫੋਲੋਵਰਸ, ਅੱਜ ਕੱਲ੍ਹ ਤਾਂ 50 ਬੰਦੇ ਨਹੀਂ ਕਿਸੇ ਨਾਲ ਜੁੜਦੇ। ਮੇਰੇ ਨਾਲ ਮਹੀਨੇ ਤੋਂ 1.5 ਮਹੀਨੇ ਦੇ ਵਿੱਚ ਮੇਰੇ ਨਾਲ 1.25 ਲੱਖ ਬੰਦਾ ਜੁੜਿਆ, ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਕੀ ਹੋ ਗਿਆ। ਉਹ ਇੱਕ ਕਸਟਮਰ ਸੌਂ ਗਿਆ ਨਾ, ਅਤੇ ਜਿਹੜਾ ਦੂਸਰੇ ਇਨਸਾਨ ਦਾ ਔਡਰ ਆ, ਕਸਟਮਰ ਦਾ ਔਡਰ ਆ, ਉਹਨੂੰ ਜਲਦੀ ਦੇਣ ਲਈ ਫਿਰ ਉਹ ਪਿਛਲਾ ਔਡਰ ਕੈਂਸਲ ਹੋ ਜਾਂਦਾ ਸੀ। ਜਦੋਂ ਔਡਰ ਕੈਂਸਲ ਹੁੰਦਾ ਸੀ, ਹਾਂ ਸਕੂਨ ਕਿੰਨਾ ਹੁੰਦਾ ਸੀ? ਸਕੂਨ ਤਾਂ ਬਹੁਤ ਮਜ਼ਾ ਆਉਂਦਾ ਸੀ ਵੀ ਮਹਾਰਾਜ ਰੋਟੀ ਨਹੀਂ ਖਾਧੀ, ਤੁਸੀਂ ਕਿਰਪਾ ਕਰ ਦਿੱਤੀ ਆ, ਉਹ ਹੁਣ ਪੀਜ਼ਾ ਖਾਵਾਂਗੇ। ਆ ਕੁਛ ਵੀ ਹੁੰਦਾ ਸੀ, ਅਗਰ ਨੌਨ ਵੈਜ ਹੁੰਦਾ ਸੀ ਅਤੇ ਜਾਂ ਤਾਂ ਕੋਈ ਕੁੱਤਾ ਖਾ ਲੈਂਦਾ ਸੀ ਅਤੇ ਜਾਂ ਕੋਈ ਬੰਦਾ ਟੱਕਰਦਾ ਸੀ ਉਹਨੂੰ ਵਿਚਾਰੇ ਦੇ ਦੇ। ਔਡਰ ਲਟੇਰੇ ਵੀ ਮੰਗਾਉਂਦੇ ਆ, ਕਹਿੰਦੇ ਆਵੇ ਤੇ ਫੋਨ ਖੋਈਏ, ਪੈਸੇ ਵੀ ਖੋਈਏ। ਕਦੇ ਕਾਰਵਾਈ ਨਹੀਂ ਹੁੰਦਾ? ਕਾਰਵਾਈ ਭਾਜੀ ਕਿਹੜਾ ਕਰੇ, ਮਹਾਤੜ ਬੰਦਾ ਤੇ ਵਿਚਾਰਾ ਦਿਹਾੜੀ ਕਰਦਾ ਆਉਂਦਾ, ਕਾਰਵਾਈ ਤੇ ਚੰਗਾ ਬੰਦਾ ਕਰਦਾ ਨਾ, ਕਾਰਵਾਈ ਉਹਨੇ ਕਰਨੀ ਜਿਹਦੇ ਹੱਥ ਹੋਣ ਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਡੀਫਾਈ ਚੈਨਲ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਸੋ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਇਹੋ ਜਿਹੇ ਸਿਤਾਰੇ ਦੇ ਨਾਲ ਜਿਹਨਾਂ ਨੂੰ ਤੁਸੀਂ ਇੰਸਟਾਗ੍ਰਾਮ 'ਤੇ ਬਹੁਤ ਦੇਖਿਆ ਹੋਣਾ, ਜਾਂ ਫਿਰ ਤੁਸੀਂ ਸਾਈਨ ਦੇਖ ਕੇ ਪਛਾਣ ਦਿਓਗੇ
ਠੀਕ ਹੈ, ਕਿਉਂਕਿ ਉਹਨਾਂ ਦੀ ਡੀਪੀ ਸਾਈਨ ਦੇ ਨਾਲ ਹੀ ਚੱਲ ਰਹੀ ਹੈ ਅਤੇ ਉਹਨਾਂ ਦਾ ਮੁੱਦਾ ਵੀ ਅੱਜ ਸਾਈਨ 'ਤੇ ਹੀ ਥੋੜ੍ਹਾ ਜਿਹਾ ਗੱਲਬਾਤ ਕਰਾਂਗੇ। ਆਓ ਗੱਲਬਾਤ ਕਰਾਉਂਦੇ ਹਾਂ ਜਗਨੂਪ ਸਿੰਘ ਦੇ ਨਾਲ। ਸਤਿ ਸ਼੍ਰੀ ਅਕਾਲ ਜਗਨੂਪ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਨੇ ਵੀਰ ਜੀ? ਬਹੁਤ ਵਧੀਆ ਤੁਸੀਂ ਦੱਸੋ। ਬਹੁਤ ਬਹੁਤ ਪਹਿਲਾਂ ਤਾਂ ਧੰਨਵਾਦ ਹੈ ਵੀਰ ਨੇ ਇਸ ਗਰੀਬ ਨੂੰ ਟਾਈਮ ਦਿੱਤਾ, ਜਿਹੜੀ ਸਾਡੀ ਕੀ ਕਹਿੰਦੇ ਹੁੰਦੇ ਆ ਪਹਿਲਾਂ ਕੀਮਤ ਪੈਣੀ ਚਾਹੀਦੀ ਸੀ ਉਹ ਤੁਸੀਂ ਬੁਲਾ ਕੇ ਹੁਣ ਸਾਨੂੰ ਬੜੀ ਇੱਜ਼ਤ ਮਾਣ ਸਤਿਕਾਰ ਦੇ ਰਹੇ ਹੋ। ਪਹਿਲਾਂ ਤਾਂ ਮੈਂ ਆਪ ਜੀ ਦੀ ਟੀਮ ਦਾ ਅਤੇ ਆਪ ਜੀ ਦੇ ਚੈਨਲ ਦਾ ਬਹੁਤ ਬਹੁਤ ਕੁਟਾਂਤ ਕੁਟਾਂਤ ਧੰਨਵਾਦ ਕਰਦਾ ਜੀ। ਜਗਨੂਪ ਜੀ ਤੂੰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਏ, ਹੈ ਨਾ। ਹਾਂਜੀ ਜਗਨੂਪ ਜੀ, ਪਹਿਲਾਂ ਤਾਂ ਗੱਲਬਾਤ ਕਰੀਏ, ਤੁਸੀਂ ਕਿਹਾ ਨਾ ਵੀ ਤੁਹਾਡੀ ਕੀਮਤ ਹੁਣ ਪੈ ਰਹੀ ਆ। ਹਾਂਜੀ ਹਾਂਜੀ। ਕਿਉਂ ਪੈ ਰਹੀ ਹੈ? ਖੱਚਾ ਮਾਰਦੇ ਹਾਂ ਜੀ। ਖੱਚਾ ਮਾਰਦੇ ਹੋ, ਹੋਰ ਕੀ ਜੀ? ਪਹਿਲਾਂ ਕਿਉਂ ਨਹੀਂ ਪਈ ਸੀਗੀ? ਪਹਿਲਾਂ ਕਹਿੰਦੇ ਨਹੀਂ ਵੀ ਕੰਨਾਂ ਤੋਂ ਸ਼ਾਇਦ ਉਹ ਲੋਕ ਕੱਚੇ ਨੇ ਜਿਹੜੇ ਗੁਰਬਾਣੀ ਨੂੰ ਸੁਣਨਾ ਪਸੰਦ ਨਹੀਂ ਕਰਦੇ। ਹੁਣ ਮੈਂ ਆਪਣੇ ਚੈਨਲ 'ਤੇ ਇੱਕ ਵੀਡੀਓ ਪਾਈ ਹੈ ਆਪਣੇ ਕੀਰਤਨ ਦੀ, ਉਹਨੂੰ ਸਿਰਫ 150 ਬੰਦੇ ਨੇ ਦੇਖਿਆ। ਚਲੋ ਮੈਂ ਕਿਹਾ ਇੱਕ ਟਰਾਈ ਕਰਦੇ ਹਾਂ, ਉਹਨੂੰ ਲਿੰਕ ਨੂੰ ਆਪਾਂ ਮੇਰੀ ਸਟੋਰੀ ਵਿੱਚ ਬੋਲ ਕੇ ਆਪਾਂ ਪਾਉਂਦੇ ਹਾਂ। ਉਹਨੂੰ ਮੈਂ ਬਾਅਦ 'ਚ ਦੇਖ ਰਿਹਾ ਅਤੇ 15,000 ਵਿਊ ਪੈ ਗਿਆ। ਬਾਬਾ ਜੀ ਬਹੁਤ ਸੋਹਣੀ, ਬਾਬਾ ਜੀ ਬਹੁਤ ਸੋਹਣੀ ਆਵਾਜ਼, ਬਾਬਾ ਜੀ ਬਹੁਤ ਸੋਹਣੀ ਆਵਾਜ਼। ਮੈਂ ਕਿਹਾ ਯਾਰ ਉਹੀ ਬਾਬਾ ਪਹਿਲਾਂ ਸੀ ਅੱਜ ਤੋਂ 5 ਸਾਲ ਪਹਿਲਾਂ, ਪਹਿਲੋਂ ਕਿਉਂ ਨਹੀਂ ਬਾਬਾ ਸੋਹਣਾ ਲੱਗਿਆ ਤੁਹਾਨੂੰ? ਗੱਲ ਤਾਂ ਇਹ ਆਉਂਦੀ ਨਾ ਨਜ਼ਰੀਏ ਦੀ, ਨਜ਼ਰੀਆ ਲੋਕਾਂ ਦਾ ਅੱਜ ਕੱਲ੍ਹ ਉਹ ਹੋ ਗਿਆ ਕਿ ਆਪਾਂ ਪ੍ਰੈਫਰ ਨਹੀਂ ਕਰ ਰਹੇ ਉਹ ਚੀਜ਼, ਐਕਸੈਪਟੇਸ਼ਨ ਸਾਡੇ 'ਚ ਨਹੀਂ ਹੈਗੀ। ਹੁਣ ਸਾਨੂੰ ਤਾਂ ਭਾਅ ਜੀ ਢਿੱਡ ਲੱਗਾ ਹੈ, ਅਸੀਂ ਤਾਂ ਰੋਟੀ ਖਾਣੀ ਹੈ, ਅਸੀਂ ਘਾਹ ਥੋੜ੍ਹਾ ਖਾਣਾ। ਜੇ ਸਾਨੂੰ ਕੋਈ ਪੈਸੇ ਦਏਗਾ ਅਤੇ ਅਸੀਂ ਘਰ ਆਪਣੇ ਪ੍ਰਸ਼ਾਦਾ ਜਲ ਪਾਣੀ ਦਾ ਪ੍ਰਬੰਧ ਕਰਾਂਗੇ। ਹੁਣ ਜਿਵੇਂ ਕਿ ਮੈਂ ਪਹਿਲਾਂ ਡਿਲੀਵਰੀ ਕਰਦਾ ਸੀ, ਜ਼ੋਮੈਟੋ ਕਰਦਾ ਸੀ, ਤੁਹਾਨੂੰ ਆਪ ਜੀ ਨੂੰ ਪਤਾ ਹੀ ਹੈ, ਇਹ ਚੀਜ਼ ਦਾ ਫਰਕ ਹੈ ਜੀ। ਤੁਸੀਂ ਇੱਕ ਗੱਲ ਹੋਰ ਦੇਖਦੇ ਹੋ, ਤੁਸੀਂ ਕਿਹਾ ਨਾ ਲੋਕ ਚੰਗੀ ਚੀਜ਼ ਸੁਣਨਾ ਪਸੰਦ ਨਹੀਂ ਕਰਦੇ ਕਿਤੇ ਨਾ ਕਿਤੇ। ਜਿਹੜੇ ਬੰਦੇ ਯਾਰ ਮੈਂ ਕਹਿੰਦਾ ਵੀ ਵਧੀਆ ਮਿਹਨਤ ਕਰਦੇ ਨੇ, ਗਾਉਣ ਪਿੱਛੇ ਵੀ ਮਿਹਨਤ ਕਰਦੇ ਨੇ, ਇੱਕ ਰਾਗੀ ਸਿੰਘ ਦੀ ਲਾਈਫ ਹੁੰਦੀ ਹੈ ਨਾ, ਉਹ ਰਿਆਜ਼ ਕਰਦੇ ਨੇ, ਬਹੁਤ ਚੀਜ਼ਾਂ ਹੁੰਦੀਆਂ ਉਹਨਾਂ ਦੀ ਲਾਈਫ 'ਚ, ਉਹਨਾਂ ਨੂੰ ਗੁਣ ਲੈਣੇ ਪੈਂਦੇ ਨੇ ਉਸਤਾਦਾਂ ਤੋਂ। ਬਿਲਕੁਲ ਬਿਲਕੁਲ। ਅਤੇ ਉਹ ਗੁਣ ਲੈ ਕੇ ਵੀ ਜੇ ਉੱਥੇ ਹੀ ਰਹਿਣਾ ਉਹਨਾਂ ਨੇ, ਫਿਰ ਉਹ ਗੁਣ ਦਾ ਫਾਇਦਾ ਕੀ ਆ? ਹਾਂ ਨਹੀਂ, ਗੁਣ ਦੀ ਆਪਾਂ ਪਹਿਲਾਂ ਚੰਗੀ ਵਾਲੀ ਗੱਲ ਦੀ ਗੱਲ ਕਰਦੇ, ਕਿਉਂਕਿ ਜੋ ਅੱਜ ਮੇਰਾ ਪੋਡਕਾਸਟ ਆ ਨਾ, ਕਿਸੇ ਨੇ ਬਾਅਦ 'ਚ ਕੱਢ ਲੈਣਾ ਪੁਰਾਣਾ, ਉਹਨੇ ਕਹਿਣਾ ਪਹਿਲਾਂ ਇਹ ਗੱਲ ਕਹਿੰਦਾ ਸੀ ਹੁਣ ਇਹ ਗੱਲ ਕਹਿੰਦਾ। ਚੰਗੀ ਵਾਲੀ ਗੱਲ 'ਤੇ ਮੈਂ ਗੱਲ ਕਰਦਾ, ਚੰਗੀ ਇਹ ਵੀ ਗੱਲ ਆ, ਜੀ ਕਹੇਗਾ ਤੇ ਜੀ ਹੀ ਕਹੇਗਾ, ਨਹੀਂ ਤਾਂ ਵੱਡਾ ਧੋਖਾ ਜੱਟਾ ਕਦੇ। ਉਹਨੇ ਗਾਈ ਆ, ਮਿਹਨਤ ਕੀਤੀ, ਉਹਦੇ ਲਈ ਚੰਗੀ ਆ, ਜਿਸ ਵੀਰ ਨੇ ਗਾਈ। ਹੁਣ ਚੰਗੀ ਚੀਜ਼ ਦਾ ਮਤਲਬ ਇਹ ਆਇਆ ਨਾ, ਧਨੀ ਸਾ ਗਾ ਮਾ ਧਨੀ ਦਾ ਸਾ ਨੀ ਦਾ ਮਾ ਗਾ ਗਾ ਮਾ ਦਾ ਗਾ ਮਾ ਗਾ ਸਾ ਨੀ ਦਾ ਸਾ ਧਨ ਦਾਨ ਧਾਨ ਧਨ ਜਨ ਆਇਆ ਜਿਸ ਬਾਰ ਸਾ। ਗੱਲ ਇੱਥੇ ਆਉਂਦੀ ਆ ਵੀ ਅਸੀਂ ਦੋਨੋਂ ਪੱਖਾਂ ਨੂੰ ਸਾਹਮਣੇ ਰੱਖ ਕੇ ਚੱਲਣਾ ਵੀ ਲੋਕ ਸੁਣਨਾ ਕੀ ਪਸੰਦ ਕਰਦੇ ਨੇ। ਹੁਣ ਮਹਿਫਲ ਹੁਣ ਇੱਦਾਂ ਆ ਨਾ, 100 ਸਰੋਤਾ ਆ, 100 ਸਰੋਤਿਆਂ 'ਚੋਂ 15 ਨੇ ਰਗੇਸ਼ਵਰੀ ਬਗੇਸ਼ਵਰੀ ਸੁਣਨਾ ਹੈ ਜੀ, ਅਤੇ ਜਿਹੜਾ 85 ਬੰਦੇ ਆ ਉਹ ਦਰਬਾਰੀ। ਹਾਂ, ਇਹ ਚੀਜ਼ ਦਾ ਫਰਕ ਆ, ਉਹ ਗਾਣਾ ਸੁਣਨਾ ਪਸੰਦ ਕਰਦੇ ਆ ਵੀ ਹਾਂਜੀ ਜੀ, ਜੇ ਤੁਸੀਂ ਸਾਨੂੰ ਅੱਧਾ ਘੰਟਾ ਹੋ ਗਿਆ ਕਲਾਸੀਕਲ ਸੁਣਾ ਰਹੇ ਹਾਂ, ਤਾਨਾ ਮਾਰ ਰਹੇ ਹਾਂ, ਯੇ ਵੋ ਫਲਾਣਾ ਢਮਕਾਣਾ, ਬੜੇ ਖਿਆਲ ਸਾਰਾ ਕੁਛ ਸੁਣਾ ਰਹੇ ਹੋ, ਹੁਣ ਸਾਨੂੰ ਪੰਜਾਬੀ ਫੋਕ ਵੀ ਸੁਣਾਓ ਨਾ, ਕੁਝ ਗਜ਼ਲ ਵੀ ਸੁਣਾਓ। ਫਿਰ ਹੁਣ ਗਵੱਈਆ ਇੱਕ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਮੇਰੇ ਉਸਤਾਦ ਜੀ ਕਹਿੰਦੇ ਸੀਗੇ ਵੀ ਪੁੱਤਰ ਦੋਨੋਂ ਤਰੀਕੇ ਯੂਜ਼ ਕਰਨੇ ਨੇ, ਧਨੀ ਸਾ ਗਾ ਮਾ ਧਨੀ ਦਾ ਸਾ ਨੀ ਧਨੀ ਸਾ ਗਾ ਮਾ ਧਨੀ ਦਾ ਸਾ ਨੀ ਦਾ ਮਾ ਗਾ ਗਾ ਮਾ ਦਾ ਗਾ ਮਾ ਗਾ ਸਾ ਨੀ ਦਾ ਸਾ, ਵੱਡਾ ਵੀ ਛੋਟਾ ਵੀ, ਹੈ ਨਾ। ਹੁਣ ਜਿਹੜਾ ਤੁਹਾਡਾ ਟੈਲੈਂਟ ਆ, ਇਹ ਟੈਲੈਂਟ ਲੋਕੀ ਇਹ ਚੀਜ਼ ਨਹੀਂ ਦੇਖਣਾ ਪਸੰਦ ਕਰਦੇ, ਲੋਕੀ ਤੁਹਾਡੀ ਉਹ ਚੀਜ਼ ਦੇਖਣਾ ਪਸੰਦ ਕਰਦੇ ਆ ਜਿਹੜੀ ਤੁਸੀਂ ਹੈ ਨਾ ਵੀ ਅੱਜ ਕੱਲ੍ਹ ਕਹਿ ਲਓ ਹਾਸਾ ਮਖੌਲ ਕਰਦੇ ਥੋੜ੍ਹਾ ਮੋਟਾ। ਹਾਂ ਬਿਲਕੁਲ, ਮੈਨੂੰ ਲੱਗਦਾ ਸ਼ਾਇਦ
ਕਪਿਲ ਭਾਜੀ ਨੇ ਮੇਰੇ ਵੱਲ ਨੂੰ ਇੱਦਾਂ ਕੀਤਾ ਹੈ, ਗਾਣਾ ਵੀ ਉਹਨਾਂ ਕੋਲ ਹੈਗਾ ਤੇ ਗਾਣਾ ਮੇਰੇ ਕੋਲ ਵੀ, ਪਰ ਮੈਂ ਇਹ ਚੀਜ਼ ਦਾ ਮੈਂ ਸਾਰੇ ਅੱਗੇ ਰੱਖੂੰਗਾ ਕਿ ਮੈਂ ਆਪਣਾ ਗਾਣਾ ਹੀ ਅੱਗੇ ਲੈ ਕੇ ਆਊਂਗਾ। ਠੀਕ ਹੈ, ਹੁਣ ਕਰਦੇ ਪਏ ਹਾਂ, ਪੈਸੇ ਕਮਾ ਰਹੇ ਹਾਂ, ਪ੍ਰਮੋਸ਼ਨਸ ਕਰ ਰਹੇ ਹਾਂ, ਮੈਂ ਯੂਟਿਊਬ ਲਈ ਆਪਣੇ ਇੰਸਟਾ ਨੂੰ ਕੀਤਾ ਸੀ ਯੂਟਿਊਬਰ ਬਣਨ ਲਈ, ਚੰਗਾ, ਪਰ ਮੈਂ ਇਹ ਚਾਹੂੰਗਾ ਵੀ ਮੈਂ ਚੰਗਾ ਗਾਣਾ ਰੀਪ੍ਰਜੈਂਟ ਕਰਾਂ ਵੀ ਅਸਲ 'ਚ ਗਾਣਾ ਕੀ ਹੁੰਦਾ ਹੈ। ਭਾਜੀ ਤੁਸੀਂ ਇੱਕ ਰੀਲ ਪਾਈ ਸੀਗੀ ਹੈ ਨਾ, 15,000 ਵਾਲੀ, 20,000 ਮਿਹਨਤ ਕੀਤੀ ਆ, ਫੋਲੋਵਰਸ ਅੱਜ ਅੱਜ ਕੱਲ ਤੇ 50 ਬੰਦੇ ਨੀ ਕਿਸੇ ਨਾਲ ਜੁੜਦੇ ਮੇਰੇ ਮੇਰੇ ਨਾਲ, ਮਹੀਨੇ ਤੋਂ ਡੇਢ ਮਹੀਨੇ ਦੇ ਵਿੱਚ ਮੇਰੇ ਨਾਲ 1.25 ਲੱਖ ਬੰਦਾ ਜੁੜਿਆ, ਮੈਨੂੰ ਤਾਂ ਪਤਾ ਹੀ ਨੀ ਲੱਗਾ ਕੀ ਹੋ ਗਿਆ। ਮੈਂ ਤਾਂ ਇਹੀ ਸੋਚਦਾ ਸੀ ਵੀ ਸ਼ਾਇਦ ਯਾਰ ਟਾਈਮ ਹੋ ਗਿਆ 7 ਵਜੇ, ਸਵੇਰੇ 4 ਵਜੇ ਘਰ ਵਾਪਸ ਆਉਣਾ, ਸਾਰੀ ਰਾਤ ਕਰਕੇ ਫਿਰ ਮੈਨੂੰ ਤੇਗ ਰੱਖਣੀ ਪੈਂਦੀ ਸੀ ਚੋਰਾਂ ਤੋਂ ਬਚਣ ਲਈ। ਮੈਂ ਹੁਣ ਰਾਤ ਨੂੰ ਸਕੂਨ ਨਾਲ ਸੌਂਦਾ ਵਾਂ, ਮੈਂ ਤਾਂ 5-6 ਸਾਲ ਬਾਅਦ ਸੁੱਤਾ ਹਾਂ ਰਾਤ, ਮੈਂ ਤਾਂ ਰਾਤ ਸੁੱਤਾ ਹੀ ਨਹੀਂ ਸੀ ਕਦੇ। ਇਹ ਚੀਜ਼ ਦਾ ਫਰਕ ਹੈ ਜੀ। ਕਿਉਂ ਰਾਤ ਕਿਉਂ ਨਹੀਂ ਸੁੱਤੇ? ਕੰਮ ਹੀ ਕਰਦੇ ਰਹਿੰਦੇ ਸੀ ਭਾਜੀ, ਸਵੇਰੇ ਧੁੱਪ ਹੋਣੀ ਜਾਂ ਸਵੇਰੇ ਸਰਦੀ ਜ਼ਿਆਦਾ ਹੋਣੀ, ਫਿਰ ਰਾਤ ਨੂੰ ਤੁਸੀਂ ਇਹ ਸੋਚ ਲਓ ਵੀ ਸਰਦੀਆਂ 'ਚ ਪੂਰੇ ਕਵਰ ਹੋ ਗਏ, ਰਾਤ ਨੂੰ ਪੈਸੇ ਅੱਛੇ ਬਣ ਜਾਂਦੇ ਆ, ਰੋਡ ਖਾਲੀ ਹੁੰਦੀ ਆ, ਫਟਾਫਟ ਆਰਡਰ ਦੇ ਦੇਈਦਾ ਆ, ਇਹ ਚੀਜ਼ ਦਾ ਫਰਕ ਹੈ। ਰਾਤ ਨੂੰ ਲੁੱਟ ਖੋਹ ਵਾਲੇ ਵੀ ਤਾਂ ਹੁੰਦੇ ਨੇ ਸਵੀਗੀ ਵਾਲਿਆਂ ਨਾਲ। ਚਾਰ ਵਾਰੀ ਮੈਨੂੰ ਪਏ ਆ, ਇੱਕ ਵਾਰੀ 6 ਬੰਦੇ ਪਏ, ਇੱਕ ਵਾਰੀ 4-5 ਬੰਦੇ ਪਏ ਆ, ਅਤੇ ਇੱਦਾਂ ਹੀ ਮਤਲਬ ਚੱਲੀ ਜਾਂਦਾ। ਭਾਜੀ ਇੱਕ ਚੀਜ਼ ਹੋਰ ਵੀ, ਤੁਹਾਡਾ ਸਵੀਗੀ 'ਚ ਹੈ ਨਾ, ਤੁਸੀਂ ਕਿਹਾ ਵੀ ਜ਼ੋਮੈਟੋ 'ਚ, ਹਾਂਜੀ, ਜੋ ਜ਼ੋਮੈਟੋ ਕਰਦੇ ਸੀ ਪੀਜ਼ੇ ਤਾਂ ਫੁਰੇ ਫ੍ਰੀ ਦੇ ਖਾਂਦੇ ਹੁੰਦੇ ਸੀ। ਹਾਂ, ਉਹ ਆਰਡਰ ਕੈਂਸਲ ਹੋ ਜਾਏ ਬਸ ਇੱਕ ਵਾਰੀ। ਉਹ ਇੱਦਾਂ ਹੁੰਦਾ ਸੀਗਾ ਜਿੱਦਾਂ ਨਾ ਮਲਟੀ ਆਰਡਰ ਪੈ ਗਿਆ ਸਾਨੂੰ, ਉਹ ਇੱਕ ਕਸਟਮਰ ਸੌਂ ਗਿਆ ਨਾ, ਅਤੇ ਜਿਹੜਾ ਦੂਸਰੇ ਇਨਸਾਨ ਦਾ ਆਰਡਰ ਆ, ਕਸਟਮਰ ਦਾ ਆਰਡਰ ਆ, ਉਹਨੂੰ ਜਲਦੀ ਦੇਣ ਲਈ ਫਿਰ ਉਹ ਪਿਛਲਾ ਆਰਡਰ ਕੈਂਸਲ ਹੋ ਜਾਂਦਾ ਸੀ। ਜਦੋਂ ਆਰਡਰ ਕੈਂਸਲ ਹੁੰਦਾ ਸੀਗਾ, ਹਾਂ, ਸਕੂਨ ਕਿੰਨਾ ਹੁੰਦਾ ਸੀ? ਸਕੂਨ ਤਾਂ ਬਹੁਤ ਮਜ਼ਾ ਆਉਂਦਾ ਸੀ ਵੀ ਮਹਾਰਾਜ ਰੋਟੀ ਨਹੀਂ ਖਾਧੀ, ਤੁਸੀਂ ਕਿਰਪਾ ਕਰ ਦਿੱਤੀ ਆ, ਉਹ ਹੁਣ ਪੀਜ਼ਾ ਖਾਵਾਂਗੇ। ਆਹ ਕੁਛ ਵੀ ਹੁੰਦਾ ਸੀ, ਅਗਰ ਨੋਨ ਵੈਜ ਹੁੰਦਾ ਸੀ ਤੇ ਜਾਂ ਤਾਂ ਕੋਈ ਕੁੱਤਾ ਖਾ ਲੈਂਦਾ ਸੀ ਤੇ ਜਾਂ ਕੋਈ ਬੰਦਾ ਟੱਕਰਦਾ ਸੀ, ਉਹਨੂੰ ਵਿਚਾਰੇ ਦੇ ਦੇਈਦੇ ਸੀ। ਅੱਛਾ, ਨਾਲਦਿਆਂ ਨੂੰ ਤਾਂ ਪੂਰੇ ਨਜ਼ਾਰੇ ਕਰਾਏ ਹੋਣਗੇ, ਆਜੋ ਆਜੋ ਜਲਦੀ ਆਜੋ। ਅਰੇ ਭਾਜੀ, ਉਹ ਤਾਂ ਉਹ ਗਰੁੱਪ 'ਚ ਕਾਲ ਹੁੰਦੀ ਸੀ, ਹਾਂਜੀ ਆਰਡਰ ਕੈਂਸਲ ਹੋ ਗਿਆ ਜੀ, ਉਹ ਕਹਿੰਦੇ ਕਿੱਥੇ ਆ, ਦੱਸ ਇਹ ਦੱਸ ਤੂੰ ਕਿੱਥੇ ਆ। ਇੱਕ ਨਾ ਬੜਾ ਸਕੈਮ ਵੀ ਚੱਲ ਰਿਹਾ, ਤੁਸੀਂ ਦੇਖਿਆ ਹੋਣਾ, ਬੰਦਾ ਆਰਡਰ ਮੰਗਾਉਂਦਾ ਆ, ਠੀਕ ਹੈ, ਆਰਡਰ ਮੰਗਾ ਕੇ ਉਹਦੀ ਰਿਟਰਨ ਪਾ ਦਿੰਦਾ ਹੈ ਵੀ ਹਾਂ ਮੇਰੇ ਕੋਲ ਤਾਂ ਆਇਆ ਨਹੀਂ, ਮਿਸਪਲੇਸ ਹੋ ਗਿਆ ਆਰਡਰ। ਇਹਦਾ ਕ੍ਰੋਸ ਵੀ ਆ, ਇਹ ਚੀਜ਼ ਆਪਾਂ ਪਹਿਲ ਰੱਖ ਲਈ, ਆਰਡਰ ਲਟੇਰੇ ਵੀ ਮੰਗਾਉਂਦੇ ਆ, ਕਹਿੰਦੇ ਆਵੇ ਤੇ ਫੋਨ ਖੋਈਏ, ਪੈਸੇ ਵੀ ਖੋਈਏ। ਹੋਇਆ ਕਦੇ? ਭਾਜੀ ਇੱਦਾਂ ਹੁੰਦਾ ਹੀ ਆ, ਸਾਡੇ ਵੰਡਰਲੈਂਡ ਆ, ਉੱਥੇ ਸਾਈਡ 'ਤੇ ਇੱਕ ਪਿੰਡ ਆ ਅਤੇ ਉਹਦਾ ਮੈਨੂੰ ਨਾਂ ਭੁੱਲ ਗਿਆ, ਉੱਥੇ ਉਹ ਬੰਦੇ ਪੱਕੇ ਬੈਠੇ ਮੋਟਰ 'ਤੇ, ਉਹਨਾਂ ਨੂੰ ਪਤਾ ਨਹੀਂ ਕਿਹਨੇ ਸਿਖਾਇਆ ਵੀ ਆਰਡਰ ਕਰ ਲਓ ਅਤੇ ਬੰਦਾ ਆਊਗਾ ਉਹਨੂੰ ਲੁੱਟ ਲਓ। ਕਦੇ ਕਾਰਵਾਈ ਨਹੀਂ ਹੁੰਦਾ? ਕਾਰਵਾਈ ਭਾਜੀ ਕਿਹੜਾ ਕਰੇ, ਮਾਤੜ ਬੰਦਾ ਤਾਂ ਵਿਚਾਰਾ ਦਿਹਾੜੀ ਕਰਨ ਆਉਂਦਾ, ਕਾਰਵਾਈ ਤਾਂ ਚੰਗਾ ਬੰਦਾ ਕਰਦਾ ਨਾ, ਕਾਰਵਾਈ ਉਹਨੇ ਕਰਨੀ ਜਿਹਦੇ ਹੱਥ ਹੋਣ ਚਾਰ, ਉਹਦਾ ਤਾਂ ਆਪਣੇ ਹੱਥ ਵੱਡੇ ਪਏ ਅਤੇ ਉਹਨੇ ਕਾਰਵਾਈ ਕੀ ਕਰਨੀ ਭਾਜੀ ਗਰੀਬ ਬੰਦੇ ਨੇ, ਇਹ ਚੀਜ਼ ਦਾ ਫਰਕ ਹੈ। ਭਾਜੀ ਜਦੋਂ ਇਹ ਚੀਜ਼ਾਂ ਸੀਗੀਆਂ, ਅੱਜ ਤੁਸੀਂ ਇੰਸਟਾਗ੍ਰਾਮ ਤੋਂ ਪੈਸੇ ਕਮਾ ਰਹੇ ਹੋ ਜੀ, ਹੈ ਨਾ, ਕਦੇ ਸਵੀਗੀ ਤੋਂ ਕਮਾਉਂਦੇ ਸੀ, ਕਦੇ ਰਾਗੀ ਵੀ ਸੀਗੇ, ਹਾਂਜੀ ਹੈ ਨਾ, ਉੱਥੋਂ ਵੀ ਲੋਕਾਂ ਦੀ ਹੈ ਨਾ ਪਿਆਰ ਮਿਲਦਾ ਸੀਗਾ ਜੀ ਜੀ, ਪਰ ਉਹਦੇ ਨਾਲ ਘਰ ਦਾ ਗੁਜ਼ਾਰਾ ਚੱਲਦਾ ਸੀ? ਨਹੀਂ, ਘਰ ਦਾ ਮਾੜਾ ਮੋਟਾ ਗੁਜ਼ਰ ਬਸਰ ਹੁੰਦਾ ਸੀ, ਜੇ ਤੁਸੀਂ ਕਹੋ ਨਾ ਵੀ ਆਪਣੇ ਬੱਚੇ ਪੜ੍ਹਾ ਲਈਏ, ਵੀ ਤੁਸੀਂ ਕੋਈ ਸਾਧਨ ਚੰਗਾ ਲੈ ਲਓ, ਵੀ ਹੁਣ ਇਸ ਟਾਈਮ ਕਿੰਨੀ ਗਰਮੀ ਹੈ ਜੀ, ਮੇਰੇ ਘਰ ਹਜੇ ਵੀ ਛੱਤ ਵਾਲਾ ਪੱਖਾ ਨਹੀਂ ਮੈਂ ਲਵਾਇਆ, ਕਿਉਂ? ਕਿਉਂਕਿ ਜੀ ਮੈਂ ਇਹੀ ਸੋਚਦਾ ਸੇਵਿੰਗ ਕਰਕੇ ਆਪਣਾ ਘਰ ਬਣਾ ਲਵਾਂ, ਕਿਸੇ ਤਰ੍ਹਾਂ ਸਲਿਊਸ਼ਨ ਕਰ ਲਵਾਂ। ਫਰਾਟਾ ਰਾਤੀ 2:30 ਵਜੇ ਲਾਈਟ ਬੰਦ ਹੋ ਗਈ, ਮੈਂ ਕਿੰਨੇ ਵਜੇ ਤੁਰਿਆ ਤੁਹਾਡੇ ਕੋਲ ਆਉਣ ਲਈ? 6 ਵਜੇ ਤੁਰਿਆ, 5:30 ਤਾਂ ਉੱਠਿਆ ਹੋਵਾਂਗਾ, ਕਿੰਨੀ ਦੇਰ ਸੁੱਤਾ ਹੈ?
ਜਦੋਂ ਅਸੀਂ ਗਵਈਏ ਥੱਕ ਗਏ ਸਾਡਾ ਗਲਾ ਬਹਿ ਜਾਣਾ, ਬੈਠ ਗਿਆ ਗ੍ਰਾਮ 'ਚ ਇਸ ਟਾਈਮ। ਜੇ ਮੈਂ ਪੂਰਾ ਚੁਸਤ ਫੁਸਤ ਹੁੰਦਾ ਤਾਂ ਫਿਰ ਐਨ ਗਲਾ ਉੱਪਰ ਰਹਿਣਾ ਸੀ। ਇਹ ਸਾਡੀ ਨਿਸ਼ਾਨੀ ਹੈ ਜੀ। ਹੁਣ ਇੱਕ ਚੀਜ਼ ਹੋਰ, ਜਦੋਂ ਨਾ ਤੁਸੀਂ ਮੈਨੂੰ ਇੱਕ ਗੱਲ ਦੱਸ ਰਹੇ ਸੀਗੇ ਤੁਹਾਡੇ ਸਰ ਜੀ ਨੂੰ, ਵੀ ਤੁਹਾਡੇ ਮੰਮਾ ਕੁਛ ਇੱਦਾਂ ਦੀ ਗੱਲ ਸੀਗੀ, ਪੈਸੇ ਹੈ ਨਾ ਬਹੁਤ ਘੱਟ ਮਿਲਦੇ ਸੀਗੇ, ਪਰ ਉਸ ਵੇਲੇ ਤੁਸੀਂ ਉਹਨਾਂ ਨੂੰ ਰੋਟੀ ਖਵਾਈ ਸੀਗੀ ਜੀ। ਬਿਲਕੁਲ ਮਰਜ਼ੀ ਕਰਕੇ। ਐਕਚੁਅਲ ਗੱਲ ਇਹ ਵੀ ਇਹ ਸ਼ੁਰੂ ਤੋਂ ਗੱਲ ਆ ਜਾਂਦੀ, 2009 ਵਿੱਚ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ, ਜਿਹੜੇ ਸੀਸਗੰਜ ਸਾਹਿਬ ਹਜ਼ੂਰੀ ਰਾਗੀ ਸੀਗੇ ਜੀ। ਅਤੇ ਪਹਿਲਾਂ ਪ੍ਰਿੰਸੀਪਲ ਬਲਦੇਵ ਸਿੰਘ ਉਹਨਾਂ ਦੇ ਸਾਈਡ 'ਤੇ ਸੀਗੇ, 10 ਸਾਲ ਰਹੇ। ਫਿਰ ਪਿਤਾ ਜੀ ਨੇ ਆਪਣਾ ਜਥਾ ਕਰ ਲਿਆ 84 ਵਿੱਚ, ਜਦੋਂ 84 ਹੋਈ ਆ। ਉਸ ਤੋਂ ਬਾਅਦ ਫਿਰ ਪੰਜਾਬ 'ਚ ਆ ਗਏ, ਪਾਪਾ ਛੋਟੇ ਜਿਹੇ ਗੁਰਦੁਆਰੇ ਵਿੱਚ ਗ੍ਰੰਥੀ ਸਿੰਘ ਲੱਗ ਗਏ, ਚਲੋ ਮੇਰੇ ਬੱਚੇ ਪੜ੍ਹ ਜਾਣਗੇ, 2 ਧੀਆਂ ਨੇ ਵਿਆਹੀਆਂ ਜਾਣਗੀਆਂ। ਅਤੇ ਉਹ ਦੌਰ ਦੇ ਕਰਦਿਆਂ ਕਰਦਿਆਂ ਤੁਹਾਨੂੰ ਪਤਾ ਹੀ ਹੈ, ਜਦੋਂ ਕੋਈ ਗ੍ਰੰਥੀ ਸਿੰਘ ਜਾਂ ਰਾਗੀ ਸਿੰਘ ਬਿਮਾਰ ਹੋ ਜਾਏ, ਉਹਦੀ ਹੈਲਪ 'ਤੇ ਕਿਸੇ ਨੇ ਕੀ ਕਰਨੀ ਹੈ, ਹੈ ਨਾ। ਅਸੀਂ ਵੀ ਛੋਟੇ ਬੱਚੇ ਸੀ, ਸਾਨੂੰ ਕਿਹੜਾ ਡਿਊਟੀ ਕਰਨੀ ਆਉਂਦੀ ਸੀ। ਮੈਂ 14 ਕੁ ਸਾਲਾਂ ਦਾ ਸੀਗਾ, ਅਤੇ ਜੇ ਮੈਂ ਪਾਪਾ ਦੀ ਡਿਊਟੀ ਸਾਂਭ ਲੈਂਦਾ ਤਾਂ ਮੇਰਾ ਗੁਜ਼ਰ ਬਸਰ ਹੋ ਜਾਂਦਾ। ਪਰ ਹਾਂ, ਜੇ ਮੈਂ ਡਿਊਟੀ ਸਾਂਭਦਾ ਪਰ ਮੈਂ ਉੱਥੇ ਕੁ ਤੱਕ ਹੀ ਰਹਿ ਜਾਣਾ ਸੀ, ਰਾਗੀ ਲਾਈਨ 'ਚ। ਰਾਗੀ ਲਾਈਨ 'ਚ ਇੱਥੇ ਨਾ ਹੁੰਦੇ। ਹਾਂ ਨਹੀਂ, ਇਹ ਇਹ ਇੱਕ ਪੱਖ ਆਡਿਆ, ਇਹ ਪੱਖ ਨਹੀਂ ਹੈਗਾ। ਮੈਂ ਰਾਗੀ ਲਾਈਨ 'ਚ ਕਹਿ ਰਿਹਾ, ਚੰਗਾ ਮੈਂ ਸਿੱਖ ਨਹੀਂ ਸੀ ਸਕਦਾ, ਇਕੱਲਾ ਗ੍ਰੰਥੀ ਰਹਿੰਦਾ। ਇਹ ਇਹ ਪੱਖ ਨਹੀਂ ਹੈਗਾ, ਇੰਸਟਾ ਵਾਲਾ ਪੱਖ ਨਹੀਂ। ਇੰਸਟਾ ਵਾਲਾ ਪੱਖ ਤਾਂ ਬਾਅਦ 'ਚ ਆਇਆ ਨਾ, ਅਤੇ ਫਿਰ ਮੈਂ ਸ਼ਾਇਦ ਉੱਥੇ ਕੁ ਤੱਕ ਰਹਿੰਦਾ। ਫਿਰ ਮੈਂ ਮੰਮਾ ਨੂੰ ਆਪਣੇ ਨੂੰ ਕਿਹਾ, ਮੰਮਾ ਵੀ ਡਿਊਟੀ ਆਪਾਂ ਨਹੀਂ ਕਰਨੀ, ਵੀ ਮੇਰੀ ਸਿਸਟਰ ਸ਼ਾਮ ਸਵੇਰੇ। ਉਹਨਾਂ ਨੇ ਤਰਸ ਖਾ ਕੇ ਸਾਡੇ 'ਤੇ ਕਰ ਦਿੱਤਾ ਵੀ ਚਲੋ ਬੱਚੇ ਕਰੀ ਜਾਣ, ਰੋਟੀ ਪਾਣੀ ਦਾ, ਜਲ ਪਾਣੀ ਦਾ ਪ੍ਰਬੰਧ ਹੁੰਦਾ ਰਹੇ। ਮੈਂ ਕਿਹਾ ਮੰਮਾ ਅਸੀਂ ਸਿੱਖਣਾ ਚਾਹੁੰਦੇ, ਸਾਡੇ ਪਿਤਾ ਜੀ ਬੜੇ ਗੁਣੀ ਸੀ, ਕਿਉਂਕਿ ਜੀ ਮੇਰੇ ਪਿਤਾ ਜੀ ਦਾ ਕੱਦ ਹੀ ਬਹੁਤ ਜ਼ਿਆਦਾ ਸੀਗਾ, ਘੱਟੋ ਘੱਟ 6.25 ਫੁੱਟ ਦਾ ਕੱਦ ਸੀ ਉਹਨਾਂ ਦਾ, ਗੁਣੀ ਵੀ ਧਨੰਤਰ ਸੀਗੇ। ਅਤੇ ਅਸੀਂ ਆਪਣੇ ਪਿਤਾ ਜੀ ਨੂੰ ਪੁਰਾਣੀਆਂ ਬੰਦਿਸ਼ਾਂ ਸੁਣਨੀਆਂ, ਉਹਨਾਂ ਨੇ ਸਾਰਾ ਕੁਛ, ਹੈ ਨਾ, ਚੰਗੇ ਚੰਗੇ ਰਾਗੀਆਂ ਨੇ ਮਿਲਣ ਆਉਣਾ, ਪ੍ਰੋਫੈਸਰਾਂ ਨੇ ਮਿਲਣ ਆਉਣਾ, ਅਤੇ ਅਸੀਂ ਦੇਖਣਾ ਵੀ ਅਸੀਂ ਵੀ ਕੁਛ ਕਰੀਏ, ਚੰਗਾ ਕਰੀਏ। ਅਤੇ ਮੈਂ ਆਪਣੀ ਮੰਮੀ ਨਾਲ ਸਲਾਹ ਕਰਕੇ ਅਤੇ ਮੈਂ ਜਵੱਦੀ ਟਕਸਾਲ 'ਚ ਐਡਮਿਸ਼ਨ ਲੈ ਲਈ। ਹੁਣ ਜਿਹੜੀ ਮਾਂ ਗੁਰੂ ਘਰ ਵਿੱਚ ਬਹਿ ਕੇ ਜਲ ਪਾਣੀ ਦਾ ਪ੍ਰਬੰਧ ਸਾਰਾ ਕੁਛ ਵਧੀਆ ਕਰ ਰਹੀ ਆ, ਆਪਣਾ ਘਰ ਆ, ਡੈਡੀ ਹੁਣਾਂ 'ਤੇ 26 ਲੱਖ ਰੁਪਈਆ ਲੱਗਾ ਜੀ, ਆਪਣਾ ਘਰ ਵੇਚ ਕੇ ਅਸੀਂ ਪੈਸੇ ਲਾਏ ਆ, 2 ਗੱਡੀਆਂ ਜੰਮੂ ਬੋਰਡ ਵਾਲਿਆਂ ਦੇ ਚੱਲਦੀਆਂ। ਪਿਤਾ ਜੀ ਨੇ ਚੰਗਾ ਵਧੀਆ ਆਪਣਾ ਕਰੀਅਰ ਬਣਾ ਰੱਖਿਆ ਸੀਗਾ, ਸਾਨੂੰ ਕੀ ਪ੍ਰੋਬਲਮ ਨਹੀਂ ਸੀ, ਅਸੀਂ ਵੀ ਵਧੀਆ ਪੜ੍ਹਦੇ ਪਏ ਸੀ, ਸਾਨੂੰ ਕੋਈ ਨਹੀਂ। ਬਟ ਜਿਹੜੀ 2009 ਦੀ 31 ਦਸੰਬਰ ਦੁਪਹਿਰੇ 12 ਵਜੇ ਸਾਡੇ ਨਾਲ ਹੋਇਆ, ਉਹ ਰੱਬ ਕਦੀ ਕਿਸੇ ਨਾਲ ਨਾ ਕਰੇ, ਕਿਸੇ ਦੁਸ਼ਮਣ ਨਾਲ, ਕਿਉਂਕਿ ਜੋ ਨਾ ਕੋਈ ਰਿਸ਼ਤੇਦਾਰ ਆਇਆ ਅਤੇ ਨਾ ਗਿਆ, ਹੈ ਨਾ, ਇਹ ਚੀਜ਼ ਦਾ ਫਰਕ ਹੈ। ਅਤੇ ਉਹ ਮਾਤਾ ਸਾਡੀ, ਅਸੀਂ ਤਾਂ ਕਦੀ ਉਹਨੂੰ ਦੁਕਾਨ 'ਤੇ ਨਹੀਂ ਸੀ ਭੇਜਿਆ ਵੀ ਮਾਤਾ ਜਾ ਤੂੰ ਜਾ ਕੇ 5 ਰੁਪਏ ਦੀ ਚੀਜ਼ ਵੀ ਫੜ ਲਿਆ। ਅਤੇ ਉਹ ਮਾਤਾ ਨੇ ਸਾਡੇ ਕਰਕੇ ਮੈਨੂੰ ਪੜ੍ਹਾਉਣ ਦੇ ਚੱਕਰ 'ਚ 80 ਰੁਪਈਏ ਦਿਹਾੜੀ ਬਈਆ ਨਾਲ ਕੀਤੀ ਹੈ, ਜਿਹਨੂੰ ਆਪਾਂ ਪਰਦੇਸੀ ਅੱਜ ਦੀ ਟਾਈਮ 'ਚ, ਸੋਰੀ ਮੈਂ ਮੰਗਦਾ ਵੀ ਆਪਾਂ ਉਹਨਾਂ ਨੂੰ ਬਈਆ ਕਹਿ ਦਿੱਤਾ, ਪਰਦੇਸੀਆਂ ਨਾਲ। ਆਪਾਂ ਚਲੋ ਹਰ ਬੰਦੇ ਦੀ ਇੱਕ ਮਿਹਨਤ ਆ, ਜਿਹਦੇ ਕੋਲ ਪੈਸੇ ਘੱਟ ਨੇ ਉਹਦੀ ਇੱਜ਼ਤ ਘੱਟ ਆ, ਉਹਨਾਂ ਦੀ ਇੱਜ਼ਤ ਇਸ ਟਾਈਮ ਬਹੁਤ ਜ਼ਿਆਦਾ ਆ, ਆਪਾਂ ਕਹਿਣਾ ਨਹੀਂ ਚਾਹੀਦਾ। ਮੈਂ ਵੀ ਮਾਫ਼ੀ ਮੰਗਦਾ ਇਸ ਚੀਜ਼ ਦੀ, ਵੀ ਉਹਨਾਂ ਨਾਲ ਮੇਰੀ ਮਾਂ ਨੇ ਦਿਹਾੜੀ ਕੀਤੀ, ਇੱਕ ਫੱਟੀ ਉਹਦੇ ਹੱਥ 'ਚ ਹੋਣੀ ਅਤੇ ਮੈਂ ਕਾਲਜੋਂ ਛੁੱਟੀ ਆਉਣਾ ਅਤੇ ਮੇਰੀ ਮਾਤਾ ਨੇ ਉਹ ਫੱਟੀਆਂ ਸਾਂਭ ਕੇ ਰੱਖ ਦੇਣੀਆਂ, ਵੀ ਇਹ ਮੈਂ ਦੁਬਾਰਾ ਆਲੂ ਚੁਗਣੇ ਇੱਦਾਂ। ਉਹਨਾਂ ਨੇ ਫੇਰਨਾ ਅਤੇ ਉਹਦੇ 'ਚੋਂ ਆਲੂ 80 ਰੁਪਈਏ ਮਿਲਦੇ ਹੁੰਦੇ, 80 ਨਾਲ ਤੁਸੀਂ ਡਿਵਾਈਡ ਕਰ ਲਓ, 800 ਅਤੇ 800 1600, 16 ਅਤੇ 8 ਕਿੰਨੇ ਹੋ ਗਏ, 2400 ਰੁਪਈਆ ਮਹੀਨੇ ਦਾ, 1500 ਰੁਪਈਆ ਕਿਰਾਇਆ, ਅਤੇ ਮੈਂ ਕਾਲਜ ਪੜ੍ਹਦੇ ਹੋਣਾ ਉੱਥੇ ਜੋਤੀ ਟਕਸਾਲ। ਇਹ ਚੀਜ਼ ਦਾ ਫਰਕ ਹੈ ਜੀ। ਬਾਪੂ ਤੋਂ ਜਾਣ ਤੋਂ ਬਾਅਦ ਕਿੰਨਾ ਔਖਾ ਹੋਇਆ? ਬਾਪੂ ਤੁਸੀਂ ਇਹ ਸਮਝ ਲਓ ਵੀ ਸਾਡੇ ਕੋਲ ਤਾਂ ਦੁੱਧ ਲਿਆਉਣ ਜੋਗੇ ਵੀ ਪੈਸੇ ਹੈ ਨਹੀਂ ਸੀਗੇ, ਬਹੁਤ ਜ਼ਿਆਦਾ ਮੁਸ਼ਕਿਲ। ਫਿਰ ਮੈਂ ਉੱਥੋਂ ਇਹ ਦੇਖਦੇ ਦੇਖਦੇ ਉੱਥੇ ਵੀ ਕੋਈ ਜ਼ਿਆਦਾ ਵਧੀਆ ਸਮਾਂ ਨਹੀਂ, ਸੰਥਿਆ ਕਰ ਲਈ 5 ਵਾਰੀ, 5 ਵਾਰੀ ਪਾਠ ਬਹੁਤ ਸਮਾਗਮ ਕੀਤੇ, ਸਾਰਾ ਕੁਛ ਵਧੀਆ, ਸਰਟੀਫਿਕੇਟ ਸਾਨੂੰ ਮਿਲੇ, ਸਾਰਾ ਕੁਛ।
ਪਰ ਅਸੀਂ ਇਹ ਡਰ ਮਨ ਵਿੱਚ ਰੱਖ ਕੇ ਚੱਲ ਰਹੇ ਸੀ ਵੀ ਸਾਨੂੰ ਬਾਹਰ ਕੌਣ ਰੀਪ੍ਰਜੈਂਟ ਕਰੂਗਾ, ਕੋਈ ਹੋਊਗਾ ਸਾਨੂੰ ਦਿਖਾਉਣ ਵਾਲਾ ਵੀ ਇਹ ਬੱਚੇ ਨੇ, ਇਹਨਾਂ ਨੂੰ ਸੁਣੋ ਜਾਂ ਕੁਛ ਵੀ। ਫਿਰ ਇੱਦਾਂ ਹੁੰਦਾ, ਫਿਰ ਇੱਥੋਂ ਪਟਿਆਲੇ ਤੋਂ ਮੇਰੇ ਉਸਤਾਦ ਜੀ ਆ ਭਾਈ ਲਾਲ ਸਿੰਘ ਫੱਕਰ, ਭਾਈ ਦਲੀਪ ਸਿੰਘ ਫੱਕਰ ਹੁਣੀ ਉਹਨਾਂ ਦੇ ਸਾਰੇ ਉੱਥੇ ਗਾਉਣ ਆਉਂਦੇ ਨੇ, ਉਹ ਐਡੇ ਵੱਡੇ ਵੱਡੇ ਗਲੇ ਉਹਨਾਂ ਦੇ, ਅਤੇ ਮੈਂ ਸੁਣਦਾ, ਮੈਂ ਕਿਹਾ ਯਾਰ ਇਹਨਾਂ ਬੰਦਿਆਂ ਤੋਂ ਮੈਂ ਸਿੱਖਣਾ ਹੈ, ਕਿਉਂਕਿ ਜੋ ਜਦੋਂ ਅਸੀਂ ਪਹਿਲੀ ਵਾਰੀ ਸੁਣਿਆ, ਸਾਡੇ ਪਿਤਾ ਹੀ ਗਾਉਂਦੇ ਸੀ, ਪਰ ਮਤਲਬ ਜਿੰਨਾ ਇਹ ਲੋਕ ਗਾਉਂਦੇ ਨੇ ਓਨਾ ਅੱਛਾ ਨਹੀਂ ਸੀ ਗਾਉਂਦੇ, ਹੈ ਗੁਣੀ ਸਨ, ਹੈ ਨਹੀਂ ਮਤਲਬ। ਅਤੇ ਮੈਂ ਇਹਨਾਂ ਤੋਂ ਪ੍ਰਭਾਵਿਤ ਹੋਇਆ ਵੀ ਮੈਂ ਯਾਰ ਮੈਂ ਇਹਨਾਂ ਤੋਂ ਸਿੱਖਣਾ ਹੈ, ਅਤੇ ਇਹਨਾਂ ਤੋਂ ਸਿੱਖਣਾ ਹੈ, ਅਤੇ ਮੈਂ ਇਹਨਾਂ ਨਾਲ ਜੁੜ ਜਾਂਦਾ ਹਾਂ, ਇਹਨਾਂ ਦੇ ਘਰ ਰਹਿੰਦਾ ਵਾਂ ਸਾਲ ਦੋ ਸਾਲ, ਹੈ ਨਾ, ਮੇਰੀ ਮਾਤਾ ਘਰ ਕੰਮ ਕਰ ਰਹੇ ਨੇ। ਹਾਂ, ਪਰ ਇੱਕ ਗੱਲ ਮੈਂ ਅੱਜ ਕਹਿਣਾ ਚਾਹੁੰਦਾ ਵੀ ਮੈਂ ਆਪਣੀ ਮਾਤਾ ਵੱਲ ਪਿੱਛੇ ਧਿਆਨ ਨਹੀਂ ਦਿੱਤਾ, ਮੈਂ ਨਿਸ਼ਚਿੰਤ ਹੋ ਕੇ ਤੁਰਿਆ ਰਿਹਾ ਵੀ ਯਾਰ ਮੈਂ ਆਪਣੇ ਕੀਰਤਨ ਲਾਈਨ 'ਚ ਕੁਝ ਮੈਂ ਚੰਗਾ ਪ੍ਰਾਪਤ ਕਰਨਾ ਹੈ, ਕਿਤੋਂ ਨਾ ਕਿਤੋਂ ਪ੍ਰਾਪਤ ਕਰਨਾ ਪਰ ਕਰਨਾ ਆ। ਪਰ ਸਾਡੇ ਮਨ 'ਚ ਉਦੋਂ ਆਉਂਦੀ ਇਹ ਚੀਜ਼ ਵੀ ਯਾਰ ਅੱਜ ਅਸੀਂ ਮਿਹਨਤ ਕੀਤੀ ਆ, ਜੇ ਹੁਣ ਇਹ ਹੁਣ ਇੱਦਾਂ ਤਾਂ ਨਹੀਂ ਨਾ ਅਸੀਂ ਇਹ ਕਹੇਗਾ ਜੀ, ਹੈ ਨਾ, ਬਸੁਰਾ ਤਾਂ ਨਹੀਂ ਨਾ, ਜੇ ਚਾਹੇ ਜਿੰਨਾ ਵੀ ਹੈ ਸਾਡੇ ਕੋਲ, ਅਸੀਂ ਕੰਟਰੋਲ ਇੱਟ ਗਾਇਕੀ ਕਰ ਰਹੇ ਹਾਂ, ਅਸੀਂ ਉਹਨੂੰ ਪਰਾ ਜੇ ਸਾਡੇ ਅਸੀਂ ਸਿੱਖਿਆ ਹੈ ਅਤੇ ਅਸੀਂ ਤੁਹਾਡੇ ਮੂਹਰੇ ਸੁਣਾ ਪਾ ਰਹੇ ਹਾਂ, ਉਹ ਮੈਂ ਚਾਹੁੰਦਾ ਸੀ ਵੀ ਅਸੀਂ ਵੀ ਕੁਛ ਕਰੀਏ। ਸਾਨੂੰ ਅੱਗੇ ਕੋਈ ਰੀਪ੍ਰਜੈਂਟ ਕਰਨ ਵਾਲਾ ਬੰਦਾ ਹੀ ਨਹੀਂ ਹੈਗਾ, ਕੋਈ ਬੰਦਾ ਨਹੀਂ। ਹੁਣ ਮੈਂ ਪਿੱਛੇ ਕਿੰਨਾ ਇੱਕ ਰੈਵੋਲਿਊਸ਼ਨ ਆਇਆ ਮੇਰੇ ਕਰਕੇ, ਗ੍ਰੰਥੀ ਸਿੰਘਾਂ ਦਾ, ਰਾਗੀ ਸਿੰਘਾਂ ਦਾ, ਕਿਹੜੇ ਰਾਗੀ ਸਿੰਘ ਨੇ ਅੱਗੇ ਗੱਲ ਚੱਕੀ? ਚੱਕੀ ਕਿਸੇ ਨੇ ਨਹੀਂ, ਕਿਸੇ ਨੇ ਵੀ ਨਹੀਂ ਚੱਕੀ। ਜੇ ਵੱਡੇ ਵੱਡੇ ਰਾਗੀ ਇਹ ਲੱਖ ਰੁਪਏ ਦਾ ਪ੍ਰੋਗਰਾਮ ਕਰਦੇ, ਉਹਨਾਂ ਨੂੰ 20,000 ਵਾਲਾ ਵੀ ਫੋਨ ਕਰਦਾ ਹੀ ਆ, ਉਹਨੂੰ ਨਾ ਕਰਦੇ ਆ, ਇਹ ਕਹਿ ਹੀ ਸਕਦੇ ਵੀ ਉਹ ਰਾਗੀ ਆ, ਮੁੰਡੇ ਵਧੀਆ ਗਾਉਂਦੇ, ਉਹਨਾਂ ਨੂੰ ਭੇਜ ਦਿੰਦੇ। ਉਹ ਭੇਜ ਨਹੀਂ ਨਾ ਸਕਦੇ ਭਾਜੀ, ਪਤਾ ਕੀ ਗੱਲ ਹੁੰਦੀ ਹੈ, ਜੇ ਤੁਸੀਂ ਉਹਨਾਂ ਤੋਂ ਸੋਹਣਾ ਗਾ ਦੋਗੇ, ਹੈ ਨਾ, ਉਹਨਾਂ ਦੀ ਵੈਲਿਊ ਕੀ ਰਹਿ ਜੂਗੀ? ਹਰ ਇੱਕ ਬੰਦਾ ਇਹ ਸੋਚਦਾ, ਤੁਸੀਂ ਅੱਜ ਆਪਣੇ ਨਾਲ ਦਾ ਹੀ ਲਾ ਲਓ, ਤੁਹਾਡੇ ਕਿੰਨੇ ਨਾਲ ਦੇ ਹੋਣਗੇ ਜੀ, ਤੁਸੀਂ ਅੱਜ ਇੰਸਟਾਗ੍ਰਾਮ 'ਤੇ ਵੀਡੀਓ ਪਾਉਂਦੇ ਹੋ, ਕੁਝ ਹੁੰਦੇ ਨੇ ਜਿਹੜੇ ਦਿਲ ਤੋਂ ਹੁੰਦੇ ਨੇ, ਪਰ ਕੁਝ ਤਾਂ ਇਹ ਹੁੰਦੇ ਨੇ ਜਿਹੜੇ ਦਿਮਾਗ ਲਾ ਰਹੇ ਹੁੰਦੇ ਨੇ ਵੀ ਯਾਰ ਬਸ ਇਹਦੀਆਂ ਰੀਲ ਨਿਕਲ ਜੇ ਆਪਣੀ, ਇਹ ਕਲਾਬ ਗਲੋਬ ਕਰਦੇ, ਬਸ ਇੱਥੋਂ ਮਤਲਬ ਕੱਢਿਆ, ਚਲੋ ਬਸ। ਹਾਂ ਹਾਂ, ਬਿਲਕੁਲ ਬਿਲਕੁਲ। ਹੁਣ ਮੂਸੇਵਾਲੇ ਦੇ ਨਾਲ ਇੱਕ ਭਰਾ ਸੀਗਾ, ਉਹ ਮੁੰਡਾ ਸੀ, ਉਹ ਮੈਨੂੰ ਉਹਨਾਂ ਦਾ ਪਤਾ ਨਹੀਂ, ਉਹ ਹਮੇਸ਼ਾ ਰਹਿੰਦਾ ਸੀ, ਜਿੰਨਾ ਮੂਸੇਵਾਲੇ ਦਾ ਨਾਂ ਹੋਇਆ ਉਹਨਾਂ ਹੋਇਆ ਹੀ ਨਹੀਂ ਉਹਨਾਂ ਦਾ। ਐਕਚੁਅਲ ਕਿਰਦਾਰ ਪਤਾ ਕੀ ਕੰਮ ਕਰਦਾ ਹੈ? ਕਿਰਦਾਰ ਕੰਮ ਕਰਦਾ ਤੁਹਾਡੇ 'ਚ ਕੀ ਆ, ਤੁਸੀਂ ਕੀ ਕਰ ਸਕਦੇ। ਹੁਣ ਮੈਂ ਹਰ ਗੱਲ ਦਾ ਜਵਾਬ ਦੇ ਰਿਹਾ ਤੁਹਾਨੂੰ, ਉਹ ਵੀ ਦਲੀਲ ਨਾ ਦੇ ਰਿਹਾ, ਮੈਨੂੰ ਕੋਈ ਇਹ ਥੋੜ੍ਹਾ, ਜੇ ਮੈਂ ਹੁੰਦਾ ਹਾਂਜੀ ਨਹੀਂ ਭਾਜੀ ਕੋਈ ਨਹੀਂ ਦੇ, ਹਾਂਜੀ ਕੱਟ ਆਫ ਕਰਨਾ ਸੀ। ਤੁਸੀਂ ਪੁੱਛੋ ਕੀ ਪੁੱਛਣਾ ਚਾਹੁੰਦੇ, ਇਹ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੱਚੇ ਹਾਂ ਜੀ, ਸਾਨੂੰ ਅਸੀਂ ਸਿਖਾਏ ਹੋਏ ਨਹੀਂ ਹੈਗੇ, ਸਾਡੇ 'ਤੇ ਬਖਸ਼ਿਸ਼ਾਂ ਆ, ਸਾਡੇ 'ਤੇ ਕਿਰਪਾ ਆ, ਅਸੀਂ ਠੀਕ ਹਾਂ, ਅਸੀਂ ਰੋਟੀ ਲਈ ਕੁਛ ਵੀ ਕਰਦੇ ਪਏ ਹਾਂ। ਹਾਂ, ਪਰ ਜੇ ਸਾਨੂੰ ਕੋਈ ਕਹੇ ਨਾ ਗੁਣ ਪੱਖੋਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੜ੍ਹਨ ਪੱਖੋਂ ਜਾਂ ਦਸਮ ਗ੍ਰੰਥ ਨੂੰ ਪੜ੍ਹਨ ਪੱਖੋਂ, ਜਿੱਥੋਂ ਮਰਜ਼ੀ ਆ ਜੇ ਅਸੀਂ ਬੈਠੇ ਹਾਂ, ਸਾਡੇ ਕੋਲ ਪੁੱਛੇ ਕੋਈ ਚੀਜ਼ ਜਾਣੀ ਕੋਈ। ਅੱਛਾ, ਇੱਕ ਚੀਜ਼ ਹੋਰ, ਤੁਹਾਡੀ ਡੀ ਪੀ ਵਾਲੀ ਗੱਲ ਕਰਦੇ ਹਾਂ, ਤੁਹਾਡੀ ਨਾ ਡੀ ਪੀ 'ਤੇ ਸਾਈਨ ਹੈ ਮੇਰੇ ਖਿਆਲ ਨਾਲ, ਇਲੂਮੀਨਾਟੀ ਦਾ। ਹਾਂ, ਅੱਛਾ, ਕਿੱਥੇ ਤੁਹਾਡੀ ਡੀ ਪੀ 'ਤੇ ਇਹ ਚੀਜ਼ ਆ? ਹਾਂ, ਦਲਜੀਤ ਨੇ ਵੀ ਕੀਤਾ, ਲੋਕੀ ਸੋਚਦੇ ਹੋਣੇ ਕਿਤੇ ਵਾਇਰਲ ਹੋਣ ਦੇ ਬਹਾਨੇ ਤਾਂ ਨਹੀਂ ਬਾਬਾ ਹੀ ਕਰੀ ਜਾਂਦੇ? ਨਹੀਂ ਨਹੀਂ ਵਾਇਰਲ, ਉਹ ਪਤਾ ਕੀ ਗੱਲ ਸੀਗਾ, ਹੁਣ ਅਸੀਂ ਇਨਫਲੂਐਂਸਰ ਲੋਕ ਇੱਦਾਂ ਦੇ ਹਾਂ ਵੀ ਯਾਰ ਉਹ ਚੀਜ਼ ਚੱਲ ਰਹੀ ਆ, ਉਹ ਵੀਰ ਉਹ ਕਿਹਦਾ ਡਿਬੇਟ ਚੱਲਦਾ ਸੀ ਉਹਨਾਂ ਨਾਲ, ਦਲਜੀਤ ਨਸੀਬ ਵੀਰ ਦਾ, ਉਹ ਨਸੀਬ ਵੀਰ ਦਾ ਬੜਾ ਚੱਲਦਾ ਪਿਆ ਸੀ, ਅਤੇ ਮੈਂ ਪੀ ਪੀ ਆਰ ਖੜ੍ਹਾ ਸੀ, ਮੈਂ ਕਿਹਾ ਯਾਰ ਆਹ ਨਸੀਬ ਦਾ ਬੜਾ ਦਲਜੀਤ ਭਾਈ ਨਾਲ ਚੱਲਦਾ ਪਿਆ ਆ, ਅਤੇ ਇਹ ਮੈਂ ਵੀ ਕਰਕੇ ਦੇਖਾਂ ਸ਼ਾਇਦ ਕੁਛ ਬਣਦੇ। ਉਹ ਮੈਂ ਰੀਲ ਪਾਈ ਆ, ਉਹ 15 ਮਿੰਟ 'ਚ ਮਹਾਰਾਜ ਉਹ 90,000 ਚਲੇ ਗਈ, 15 ਮਿੰਟ 'ਚ,
ਮੈਂ ਕਿਹਾ ਯਾਰ ਬੜਾ ਕੰਮ ਹੈ, ਫਿਰ ਮੈਂ 3-4 ਵਾਰ ਪਾਈ, ਮੈਂ ਡੀਪੀ ਵੀ ਲਾ ਦਿੱਤੀ ਫਿਰ, ਹੈ ਨਾ, ਡੀਪੀ ਤਾਂ ਕਿਤੇ ਹੁਣ ਮੇਲ ਆ ਗਈ ਹੈ ਤੁਹਾਡੇ ਕੋਲ, ਹੈ ਨਾ। ਉਹ ਮੈਨੂੰ ਮੈਨੂੰ ਐਕਚੁਅਲ ਮੈਂ ਦੱਸਣਾ ਚਾਹੁੰਦਾ ਵਾਂ ਵੀ ਮੈਨੂੰ ਆ ਗਈ ਹੈ ਮੇਲ, ਅਤੇ ਉਹ ਮੈਂ ਨਾ ਮੇਲ ਕਦੋਂ ਆਈ ਸੀ ਤੁਹਾਨੂੰ? ਮੇਲ ਆਈ ਮੈਨੂੰ 4 ਕੁ ਦਿਨ ਹੋ ਗਏ, 4-5 ਦਿਨ ਪਹਿਲਾਂ। ਮੇਲ 'ਚ ਹੈ ਕੀ ਸੀ ਵੈਸੇ ਲਿਖਿਆ ਹੋਇਆ? ਮੇਲ 'ਚ ਨਾ ਮੈਂ ਤਾਂ ਚਲੋ ਮਹਾਰਾਜ, ਮੈਨੂੰ ਤਾਂ ਇੰਨੀ ਇੰਗਲਿਸ਼ ਆਉਂਦੀ ਨਹੀਂ ਆ, ਉਹ ਜ਼ਿਆਦਾ ਆ ਕੰਮ, ਮਤਲਬ ਹਾਈ ਲੈਵਲ ਦਾ ਆ, ਅਤੇ ਉਹਨਾਂ ਨੇ ਉਸ ਹਿਸਾਬ ਨਾਲ ਰੀਪ੍ਰਜੈਂਟ ਕੀਤਾ ਹੋਇਆ ਆਪਣਾ ਸਾਰਾ ਕੁਝ, ਅਤੇ ਮੈਂ ਉੱਪਰ ਹੀ ਸਾਂਭੀ ਹੋਈ। ਮੈਂ ਮੇਲ ਪਤਾ ਕਿਉਂ ਚੈੱਕ ਕਰਦਾ? ਜਿਹੜੇ ਲੋਕ ਉਹਦੇ ਇੰਸਟਾ ਵਿੱਚ ਰਹਿ ਜਾਂਦੇ ਆ ਕਈ ਮੈਨੂੰ ਪ੍ਰਮੋਸ਼ਨਸ, ਮੈਂ ਉਹਨਾਂ ਨੂੰ ਚੱਕਦਾ ਜਿਹੜਾ ਬੰਦਾ ਕਹੇ ਪ੍ਰਮੋਸ਼ਨ, ਕਿਉਂਕਿ ਮੈਨੂੰ ਪੈਸੇ ਕਮਾਉਣੇ ਆ। ਹੁਣ ਮੈਨੂੰ ਲਾਲਚ ਹੋ ਗਿਆ ਵੀ ਮੈਂ ਯਾਰ ਜਿੰਨੇ ਜਲਦੀ ਪੈਸੇ ਕਮਾ ਸਕਾਂ, ਗੱਲ ਸੱਚ ਆ, ਆਪਣਾ ਘਰ ਪਾਵਾਂ, ਹਾਂ ਮੈਂ ਘਰ ਪਾਵਾਂ ਬਿਲਕੁਲ। ਅਤੇ ਮੇਰੇ ਹਿਸਾਬ ਨਾਲ ਮੈਨੂੰ ਇੱਦਾਂ ਲੱਗਦਾ ਵਾ ਬਈ ਇਹ ਫੇਕ ਹੋ ਸਕਦੀ ਹੈ, ਪਰ ਨਹੀਂ, ਮੈਂ ਸਰਚ ਕੀਤੀ, ਉਹਨਾਂ ਨੇ ਔਰਗਨਾਈਜੇਸ਼ਨ ਗੂਗਲ 'ਤੇ ਵੀ ਹੈਗੀ, ਸਾਰਾ ਕੁਛ ਮੈਂ ਕਰਕੇ ਦੇਖ ਲਿਆ ਵੀ ਹਾਂ ਹੈਗੀ ਆ ਉਹਨਾਂ ਦਾ, ਆਹ ਦੇਖ ਸਕਦੇ ਤੁਸੀਂ। ਕਿੰਨੇ ਪੈਸੇ ਗਏ ਉਹਨਾਂ ਨੇ? ਉਹਨਾਂ ਨੇ ਘੱਟੋ ਘੱਟ ਨਹੀਂ, ਮੇਰੇ ਖਿਆਲ ਇਹ ਇੱਦਾਂ ਕਹਿੰਦੇ ਆ ਕਿ ਵੀ 8 ਤੋਂ 10 ਬਿਲੀਅਨ ਤੁਹਾਡੇ, ਜੇ ਤੁਸੀਂ ਮਤਲਬ ਕਿ ਸਾਰੀਆਂ ਸਾਡੀਆਂ ਗੱਲਾਂ ਹਦਾਇਤਾਂ ਮੰਨ ਜਾਂਦੇ ਆ, 8 ਤੋਂ 10 ਬਿਲੀਅਨ, ਪਰ ਸਾਡੇ ਲਈ 8 ਤੋਂ 10 ਬਿਲੀਅਨ ਭਾਈ ਸਾਹਿਬ ਜੀ ਬਹੁਤ ਛੋਟਾ ਇਲੂਮਨਾਤੀ ਜੀ, ਪੁੱਛੋ ਕਿਉਂ? ਕਿਉਂਕਿ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੁੱਲ ਕੋਈ ਨਹੀਂ ਆ, ਜਿਹੜਾ ਸਾਡਾ ਪਿਓ ਆ, ਉਹ ਬੜੀ ਛੋਟੀ ਚੀਜ਼ ਹੈ, ਇਲੂਮਨਾਤੀ ਸਾਡੇ ਲਈ ਕੁਛ ਵੀ ਨਹੀਂ ਆ। ਤੁਸੀਂ ਤੁਸੀਂ ਏਡੀ ਵੱਡੀ ਉਹ ਬੰਦੇ ਰੀਪ੍ਰਜੈਂਟ ਗੱਲ ਕਰ ਰਹੇ ਕਿ ਬਾਈਬਲ ਨੂੰ ਪੈਰਾਂ ਵਿੱਚ, ਬਾਈਬਲ ਦਾ ਅਹੁਦਾ ਪਤਾ ਕੀ ਹੈ? ਇੱਕ ਸ਼ੈਤਾਨ ਰੱਬ ਨਾਲ ਕਿੱਦਾਂ ਲੜ ਸਕਦਾ? ਸਾਡੇ ਤਾਂ ਸਾਡੇ ਜੇ ਅਸੀਂ ਚੜ੍ਹਦੀ ਕਲਾ 'ਚ ਇੱਕ ਚੰਡੀ ਦੀ ਵਾਰ ਹੀ ਪੜ੍ਹਦੀ ਹੈ ਨਾ, ਤਾਂ ਇਲੂਮਨਾਤੀ ਕੰਧਾਂ 'ਚ ਵੱਜੇ, ਠੀਕ ਆ। ਪਰ ਇੱਕ ਚੀਜ਼ ਹੋਰ ਵੀ, ਕਈ ਬੰਦਿਆਂ ਨੂੰ ਇਹ ਗੱਲ ਬੁਰੀ ਵੀ ਲੱਗੂਗੀ, ਮੰਨਦੇ ਹੋ ਜੀ? ਅੱਲਾ ਬਾਬਾ ਜੀ ਦੇਖੋ, ਅਸੀਂ ਹੈ ਹੀ ਬੁਰੇ ਹਾਂ, ਅਸੀਂ ਸ਼ੁਰੂ ਤੋਂ ਹੀ ਬੁਰੇ ਹਾਂ, ਕਿਉਂਕਿ ਜੋ ਹਿੰਦੁਸਤਾਨ ਹੀ ਤੁਹਾਡੇ 'ਚ ਅਸੀਂ ਹੱਥਾਂ 'ਚ ਦੇ ਦਿੱਤਾ ਹੈ, ਅਤੇ ਅਸੀਂ ਹੈ ਹੀ ਬੁਰੇ ਹਾਂ, ਪੰਜਾਬ ਤੁਹਾਡੇ ਹੱਥਾਂ 'ਚ ਦੇ ਦਿੱਤਾ ਕਿ ਹੈ ਹੀ ਬੁਰੇ ਹਾਂ। ਲੋਕ ਉਹ ਚੀਜ਼ ਨਾਲ ਜੋੜਦੇ ਕਿਉਂ ਨੇ ਆਪਾਂ ਨੂੰ, ਜੇ ਆਪਾਂ ਉਹ ਚੀਜ਼ ਦਾ ਹੋਈਏ ਵੀ ਨਾ? ਜਿਵੇਂ ਹੁਣ ਦਲਜੀਤ ਵਾਲੀ ਗੱਲ ਲਾ ਲਓ, ਹੈ ਨਾ, ਉਹਨੇ ਇੱਕ ਸਾਈਨ ਵੈਸੇ ਕਰਤਾ ਸੀਗਾ, ਲੋਕਾਂ ਨੇ ਉਹਨੂੰ ਕਿਉਂ ਜੋੜਤਾ ਉਹਦੇ ਨਾਲ? ਨਹੀਂ ਉਹ ਪਤਾ ਕੀ ਆ, ਜੇ ਉਹ ਕਹੀਏ ਵੀ ਦਲਜੀਤ ਭਾਈ ਨੇ ਸਾਈਨ ਕੀਤਾ, ਉਹ ਕਈ ਵਾਰੀ ਮਨ 'ਚ ਆਇਆ ਹੋਵੇ ਉਹ ਬਈ ਉੱਦਾਂ ਹੱਥ ਜੋੜਨੇ ਹੋਣ ਜਾਂ ਖੋਲ੍ਹਤੇ ਹੋਣ, ਆਪਾਂ ਕੀ ਉਹਦੀ ਇੱਦਾਂ ਇੱਦਾਂ ਕਰਨਾ ਹੋਵੇ, ਕੋਈ ਬੰਦਾ ਕਹਿੰਦਾ ਸਤਿ ਸ਼੍ਰੀ ਅਕਾਲ ਜੀ, ਉਹਨੇ ਬੁਲਾਉਣਾ ਹੋਵੇ ਉਹ ਇੱਦਾਂ ਕਰਤਾ ਹੋਵੇ, ਹੈ ਨਾ, ਉਹ ਜੁੜ ਗਏ ਹੱਥ, ਅਤੇ ਉਹ ਕਹਿੰਦੇ ਜੀ ਇੰਨੀ ਇਲੂ ਮਨਾਤੀ, ਹੈ ਨਾ। ਮੇਰੇ ਹਿਸਾਬ ਨਾਲ ਮੈਨੂੰ ਇੱਥੋਂ ਤੱਕ ਲੱਗਦਾ ਵੀ ਦਲਜੀਤ ਭਾਜੀ ਨਹੀਂ ਹੋ ਸਕਦਾ, ਉਹ ਆਪਣੀ ਮਿਹਨਤ ਕਰਕੇ ਅੱਗੇ ਆਇਆ ਬੰਦਾ, ਠੀਕ ਯਾਰ। ਤੁਸੀਂ ਕਿਹਾ ਨਾ ਵੀ ਮਿਹਨਤ ਕਰਕੇ, ਲੋਕ ਇਹ ਚੀਜ਼ ਦੇਖਣੇ, ਦਲਜੀਤ ਅੱਜ ਚੱਲ ਰਿਹਾ, ਪਰ ਲੋਕ ਉਹ ਨਹੀਂ ਦੇਖ ਰਹੇ ਉਹਦੀ ਮਿਹਨਤ ਕਿੰਨੀ ਸੀਗੀ ਪਿੱਛੇ। ਚਲੋ ਮੰਨ ਇੱਕ ਗੱਲ ਮੈਂ ਮੰਨਦਾ, ਚਲੋ ਮੰਨ ਲਓ ਇਲੂ ਮਨਾਟੀ ਕਰਕੇ ਆਇਆ, ਮੇਰੀ ਡੀਪੀ ਲੱਗੀ ਨੂੰ 1 ਮਹੀਨਾ ਹੋ ਗਿਆ, ਮੈਂ ਤੇ ਰੀਲਾਂ ਪਾਪਾ ਮਰ ਗਿਆ, ਤਾਂ ਮੇਰੀ ਰੀਚ ਵੱਧਦੀ ਆ, ਮੈਂ ਤੇ ਕੰਟੈਂਟ ਲੱਭ ਲੱਭ ਮਰ ਗਿਆ। ਜਾਂ ਤੇ ਹੋਵੇ ਨਾ ਮੈਂ ਡੀਪੀ ਲਾਈ ਆ ਤੇ ਫੋਲੋਵਰ ਆਉਣ ਤੇ ਮੇਰੀਆਂ ਆਪੇ ਰੀਲਾਂ ਚੱਲਣ, ਆਪੇ ਰੀਲ ਪਈ ਜਾਵੇ ਉਹ ਲੋਕ ਮੇਰੇ, ਇਹ ਕੁਛ ਨਹੀਂ ਹੈਗਾ। ਇਹ ਤੁਸੀਂ ਨਾ ਇਹ ਚੀਜ਼ ਕਰੋ, ਨਾ ਦਲਜੀਤ ਭਾਈ ਨੂੰ ਜੋੜੋ। ਉਹ ਬੰਦਾ ਮੇਰੇ ਹਿਸਾਬ ਨਾਲ, ਮੈਂ ਜਦੋਂ ਦਾ ਕਿਸੇ ਤੋਂ ਗੱਲ ਸੁਣੀ ਆ, ਉਹ ਭਾਅ ਜੀ ਜੀਵਨ ਵਾਲਾ ਵੀ ਹੈਗਾ। ਮੈਂ ਜਿੱਥੋਂ ਤੱਕ ਸੁਣੀ ਗੱਲ ਵੀ ਨਹੀਂ ਯਾਰ, ਮੈਂ ਇਸ ਚੀਜ਼ 'ਤੇ ਪਹਿਲਾਂ, ਮੇਰਾ ਪਤਾ ਕੀ ਹੈ, ਮੈਂ ਹਰ ਗੱਲ ਜਦੋਂ ਵੀ ਤੁਹਾਡੇ ਨਾਲ ਕੋਈ ਕੀਤੀ ਹੈ ਦਲੀਲ ਨਾਲ ਕੀਤੀ ਹੈ, ਮੈਂ ਉਹ ਕਿਸੇ ਤੋਂ ਪੁੱਛਿਆ ਜਾਂ ਕਿੱਦਾਂ ਵੀ ਯਾਰ ਉਹਨਾਂ ਦੇ ਨਾਲ ਕੋਈ ਰਹਿੰਦਾ, ਸਾਡੀ ਗੱਲਬਾਤ ਮਾੜੀ ਮੋਟੀ ਹੋਈ, ਅਤੇ ਮੈਂ ਕਿਹਾ ਭਾਅ ਜੀ ਕੀ ਹਿਸਾਬ ਕਿਤਾਬ ਵੀ, ਭਾਅ ਜੀ ਦਾ ਨੇਚਰ ਕਿੱਦਾਂ ਦਾ, ਕੀ ਉਹ ਜਦੋਂ ਪਾਠ ਪੂਜਾ ਕਰਦਾ ਤੁਸੀਂ ਬਾਹਰ ਰਹਿੰਦੇ ਹੋਟੇਲ 'ਚ ਰਹਿੰਦੇ ਉਹਨਾਂ ਨਾਲ, ਕੀ ਉਹ ਕੋਈ ਉੱਡਦਾ ਆ, ਉਹ ਆਪਣਾ ਕੋਈ ਮੰਤਰ ਮੁੰਤਰ ਪੜ੍ਹਦੇ ਆ, ਹੈ ਨਾ, ਯੋ ਜੈ ਜੋ ਕੁਛ ਇੱਦਾਂ ਕਰਦੇ ਆ, ਕੀ ਕਰਦੇ? ਉਹ ਕਹਿੰਦਾ ਨਹੀਂ ਯਾਰ ਉਹ ਤਾਂ ਜਪਜੀ ਸਾਹਿਬ ਹੀ ਪੜ੍ਹੀ ਜਾਂਦਾ,
ਉਹਨਾਂ ਦੇ ਮੂੰਹ ਤੇ ਨਾ ਓਮ ਨਮ ਸ਼ਿਵਾਯ ਵੀ ਕਿਤੇ ਨਾ ਕਿਤੇ ਰਹਿੰਦਾ। ਚਲੋ ਰੱਬ ਨੂੰ ਧਿਆਨ ਰੱਖਣਾ ਮਾੜੀ ਗੱਲ ਨਹੀਂ, ਨੋ ਡਾਊਟ। ਹੁਣ ਆਪਣੇ ਦਸਮ ਗ੍ਰੰਥ ਵਿੱਚ ਦਸਵੇਂ ਪਾਤਸ਼ਾਹ ਨੇ ਸਭ ਤੋਂ ਵੱਡਾ ਚੌਂਕੜਾ ਸ਼ਿਵਜੀ ਜੀ ਦਾ ਮੰਨਿਆ, ਹੈਨਾ, ਸਭ ਤੋਂ ਵੱਡਾ ਚੌਂਕੜਾ ਸ਼ਿਵਜੀ ਜੀ ਦਾ, ਓਨਾ ਕਿਸੇ ਜੱਪੀ ਤੱਪੀ ਦਾ ਚੌਂਕੜਾ ਨਹੀਂ ਹੈਗਾ। ਤੇ ਇਹ ਆਪਣੇ ਮਨ 'ਚ ਆ ਵੀ ਹੁਣ ਕਹਿ ਦਈਏ, ਹੈਨਾ, ਕਿਤੇ ਜਾਤਾਂ ਲੋਕਾਂ ਨੇ ਕ੍ਰੀਏਟ ਕੀਤੀ। ਆਹ ਨਹੀਂ ਨਹੀਂ, ਉਹ ਐਵੇਂ ਜਿੱਦਾਂ ਕਹਿ ਦਈਏ ਵੀ ਉਹ ਨਹੀਂ ਕਹਿ ਦਿੰਦੇ ਆਪਾਂ ਵੀ ਅੰਨਾ ਹੋਇਆ ਜੋ ਆਪਣੇ ਆਪ ਹੀ ਸੋਟੀਆਂ ਅੰਨਾ ਮੁੜ ਮੁੜ ਆਪਣਿਆਂ ਨੂੰ ਵੰਡੇ, ਉਹ ਗੱਲ ਹੋ ਗਈ ਵੀ ਯਾਰ ਇਹ ਕਿਹੜੀ ਗੱਲ ਕਰਤੀ ਤੁਸੀਂ। ਇਹ ਕੁਛ ਨਹੀਂ ਆ, ਗੁਰੂ ਸਾਹਿਬ ਆਪਣੇ ਦੌਰ ਦੇ ਵਿੱਚ ਆਏ ਆ ਤੇ ਉਸ ਹਿਸਾਬ ਨਾਲ ਉਹਨਾਂ ਨੇ ਅਕਾਲ ਪੁਰਖ ਨੇ ਆਪਣਾ ਰੂਪ ਲਿਆ ਆ, ਸਾਰਿਆਂ ਨੂੰ ਇੱਕੋ ਜਿਹਾ। ਭਾਜੀ ਅੱਜ ਸਾਰੇ ਲੋਕ ਸਮਝਦਾਰ ਨੇ, ਹੈਨਾ, ਸਭ ਨੂੰ ਪਤਾ ਲੱਗਦਾ ਵੀ ਅਸੀਂ ਕੀ ਚੀਜ਼ ਸ਼ੇਅਰ ਕਰਨੀ ਹੈ, ਕੀ ਚੀਜ਼ ਨਹੀਂ ਸ਼ੇਅਰ ਕਰਨੀ। ਲੋਕਾਂ ਦੀ ਮੈਂਟੈਲਿਟੀ ਇੱਦਾਂ ਦੀ ਕਿਉਂ ਰਹਿ ਗਈ ਵੀ ਉਹਨਾਂ ਨੂੰ ਨੈਗੇਟਿਵ ਚੀਜ਼, ਹੁਣ ਇੱਕ ਟ੍ਰੈਂਡਿੰਗ ਚੀਕ ਟਪਾਕ ਡਮ ਡਮ, ਪਤਾ ਨਹੀਂ ਕੀ ਚੀਜ਼ ਕਰ ਦਈਏ ਦੋਨੇ ਜਣੇ, ਚੀਕ ਟਪਾਕ ਡਮ ਡਮ, ਹੈਨਾ, ਇਹ ਚੀਜ਼ ਲੋਕੀ ਬੜੇ ਚੱਕ ਰਹੇ ਨੇ। ਉਹ ਭਾਜੀ ਉਹਦਾ ਮੁੱਲ ਬਹੁਤ ਆ ਚੀਕ ਪਕਾ ਚੀਕ ਪਾਕ ਡਮ ਡਮ ਦਾ, ਤੇ ਉਹ 500K ਜਾਂਦੀ ਆ। ਬਾਂਕ ਬਿਮਾਰ, ਤੁਸੀਂ ਕਹਿਣਾ ਚਾਹੁੰਦੇ ਆ ਵੀ ਕਿਸੇ ਬਿਮਾਰ ਬੰਦੇ ਦੀ ਰੀਲ ਨਹੀਂ ਸ਼ੇਅਰ ਕਰਦੇ? 500K ਜਾ ਰਹੀ ਹੈ ਨਾ। ਇੱਕ ਜਵਾਕ ਆ ਪਟਿਆਲੇ ਦਾ ਹੀ ਆ, ਉਹਨੂੰ 16 ਕਰੋੜ ਦਾ ਟੀਕਾ ਲੱਗਣਾ। ਪਹਿਲਾਂ ਮੈਂ ਇੱਕ ਪਾਈ ਸੀ, 16 ਕਰੋੜ ਦਾ, 16 ਕਰੋੜ ਤੁਹਾਡਾ ਪਹਿਲਾਂ ਇੱਕ ਪਾਈ ਸੀ ਜਾਇਸ਼ਾ ਵੇਲੇ, ਹੈਨਾ, ਜਾਇਸ਼ਾ ਦੇ ਕਿਤੇ ਥੋੜੇ ਬਹੁਤੇ ਘੱਟ ਰਹਿ ਗਏ ਪੈਸੇ, ਪਰ ਯਾਰ ਉਸ ਟਾਈਮ ਤੇ ਲੋਕਾਂ ਨੇ ਬਹੁਤ ਸ਼ੇਅਰ ਕੀਤੀ, ਮਿਲੀਅਨ ਸ਼ੇਅਰ ਹੋਏ। ਪਰ ਆਹ ਜਿਹੜੇ ਬੱਚਾ ਆ, ਮਦਦ ਕਿਉਂ ਨਹੀਂ ਹੁੰਦੀ? ਹੁਣ ਮੈਂ ਤੁਹਾਨੂੰ ਇਹ ਗੱਲ ਦੱਸਦਾ, ਇਕੱਲੇ ਪਟਿਆਲੇ 'ਚ ਨਹੀਂ, ਵਰਲਡ 'ਚ ਕਿੰਨੇ ਬੱਚੇ ਹੋਣਗੇ? ਭਾਜੀ ਕਿਉਂ ਕਰਨਗੇ, ਤੁਸੀਂ ਦੱਸੋ ਕਿਉਂ ਕਰ, ਕਿਉਂ ਕਰਨ ਅਗਲੇ ਬੱਚੇ ਦੀ? ਆ ਚੀਕ ਟਪਾਕ ਡਮ ਡਮ ਚੱਲ ਸਕਦਾ, ਪਰ ਬੱਚੇ ਦੀ ਮੈਂ ਤੁਹਾਨੂੰ ਕਹਿ ਰਿਹਾ ਸ਼ੇਅਰ ਕਰ ਸਕਦੇ ਵੀ ਉਹ ਕਿਉਂ ਕਰਨਗੇ, ਕਾਹਦੇ ਲਈ ਕਰਨ, ਕਿਉਂ ਕਰਨ ਕਿਸੇ ਦੇ ਬੱਚੇ ਦੀ ਮਦਦ? ਉਹਨਾਂ ਦਾ ਆਪਣਾ ਬੱਚਾ ਨਹੀਂ ਨਾ, ਉਹਨਾਂ ਦਾ ਆਪਣਾ ਬੱਚਾ ਨਹੀਂ ਆ, ਕਿਉਂ ਕਰਨ ਉਹ ਮਦਦ, ਕਾਹਦੇ ਲਈ ਕਰਨ? ਜਿਹਦੇ ਆਪਣੇ ਤੇ ਆਉਂਦੀ ਆ ਪਤਾ ਲੱਗਦਾ, ਜਦੋਂ ਕਿਸੇ ਦਾ ਪਸ਼ੂ ਬਿਮਾਰ ਹੁੰਦਾ ਉਦੋਂ ਪੇੜਾ ਲੈ ਕੇ ਜਾਂਦੀਆਂ ਨਾ ਬੁੜੀਆਂ ਪੀੜੇ ਥੱਲੇ ਰੱਖਣ ਨੂੰ ਵੀ ਮਹਾਰਾਜ, ਹੈ ਨਾ, ਜਾਣਾ ਸੰਗਰਾਂਦ ਤੇ ਹੀ ਆ, ਰੋਜ਼ ਕਿਉਂ ਨਹੀਂ ਜਾਣ ਦੇ, ਮਹੀਨੇ ਦਾ ਇਕੱਠਾ ਮੰਗ ਆਉਣਾ? ਭਾਜੀ ਇਹ ਲੋਕਾਂ ਦੀ ਮੈਂਟੈਲਿਟੀ ਆ। ਭਾਜੀ ਮੈਂ ਇੱਕ ਚੀਜ਼ ਕਹਿੰਦਾ, ਰੀਲ 'ਤੇ ਵੀ ਰੀਲ 'ਤੇ ਵੀ ਮੈਂ ਇੱਕ ਗੱਲ ਕਹੀ ਸੀ ਵੀ ਆਪਾਂ 10-10 ਰੁਪਏ ਖਰਚ ਦਿੰਦੇ ਹਾਂ, 10-10 ਰੁਪਏ ਆਪਣੇ ਘਰ ਵੀ ਅੱਜ ਕੱਲ੍ਹ ਐਵੇਂ ਪੇ ਹੁੰਦੇ ਨੇ, ਮੰਨਦੇ ਹੋ? ਜੇ ਹਰ ਇੱਕ ਬੰਦਾ 1-1 ਰੁਪਏ ਵੀ ਡੋਨੇਟ ਕਰੇ, ਆਪਣੀ ਕਿੰਨੀ ਪਾਪੂਲੇਸ਼ਨ ਹੈ ਯਾਰ। ਮੈਂ ਇਸੇ ਚੀਜ਼ 'ਤੇ ਅੱਗੇ ਕੋਈ ਗੱਲ ਕਰਨਾ ਚਾਹੂੰਗਾ। ਸਾਡੇ ਪਿਤਾ ਜੀ ਘਰ ਚੀਜ਼ ਲੈ ਕੇ ਆਉਂਦੇ ਸੀ, ਫਰੂਟ ਲੈ ਆਉਣਾ, ਰਾਸ਼ਨ ਲੈ ਆਉਣਾ, ਬੱਚਿਆਂ ਨੂੰ ਥੋੜ੍ਹਾ ਪਤਾ ਹੁੰਦਾ ਵੀ ਕੀ ਚੀਜ਼ ਆ ਕੀ ਨਹੀਂ, ਹੈ ਨਾ, ਬੱਚਿਆਂ ਨੂੰ ਨਹੀਂ ਪਤਾ ਹੁੰਦਾ। ਠੀਕ ਹੈ, ਅਸੀਂ ਮਿਹਨਤ ਕਰਦੇ ਸੀ, ਸਾਰਾ ਕੁਛ ਕਮਾਉਂਦੇ ਸੀ, ਸਾਡੇ ਸਾਨੂੰ ਗੁਜ਼ਰ ਬਸਰ ਜੋਗਾ ਆ ਜਾਂਦਾ ਪੈਸਾ। ਮੈਨੂੰ ਹੁਣ ਪਤਾ ਲੱਗਾ ਪੈਸਾ ਕੀ ਚੀਜ਼ ਹੁੰਦੀ, ਪਤਾ ਲੱਗਾ। ਜਦੋਂ ਬਾਪੂ ਕਹਿੰਦਾ ਹੁੰਦਾ ਸੀਗਾ ਵੀ ਨਹੀਂ, ਇਹ ਤੁਸੀਂ ਪਤਾ ਕਿਹੜੀ ਗੱਲ ਕਹਿੰਦੇ ਪਏ ਆ ਵੀ ਯਾਰ ਇਹ ਕਮਾਉਣਾ ਜਾਂ ਉਡਾਉਣਾ, ਇਹ ਵਾਲੀ ਤੁਸੀਂ ਚੀਜ਼ ਗੱਲ ਕਹਿ ਰਹੇ। ਮੈਂ ਇਹ ਕਹਿ ਰਿਹਾ ਵੀ ਦੁਨੀਆਂ ਕੋਲ ਕਿੰਨਾ ਪੈਸਾ ਹੈ ਤੇ ਕਿਸੇ ਦੀ ਕਰਦੀ ਨਹੀਂ, ਕਰਦੀ ਨਹੀਂ, ਸਾਨੂੰ ਅੱਖਾਂ ਬੰਦ ਕਰਕੇ ਲੋਕ ਪੈਸੇ ਦੇ ਰਹੇ ਆ। ਤੁਸੀਂ ਕੱਲ ਮੰਨਦੇ, ਤੁਸੀਂ ਹਲੇ ਉਹ ਇਨਫਲੂਐਂਸਰ ਹੋ ਵੀ ਹਾਂ ਹਲੇ ਸਟਾਰਟਅਪ ਆ, ਹਾਂ ਸਟਾਰਟਅਪ ਆ, ਪਰ ਮੈਂ ਹੈਰਾਨ ਹੋ ਗਿਆ ਜਿਹੜੇ ਇਨਫਲੂਐਂਸਰ ਕਿਤੇ 1.5-1.5 ਮਿਲੀਅਨ, ਜਿੱਥੇ ਲਾ ਲਓ 60-60 ਮਿਲੀਅਨ ਨੇ, ਲੋਕਾਂ ਨੇ ਯੂਟਿਊਬ ਤੋਂ ਰੂਬੀਕੋਨ ਲਿਆਂਦੀ ਆ, ਉਹ ਸਿਰਫ ਉਹ ਖੱਤਿਆਂ 'ਚ ਚਲਾਉਣ ਨੂੰ ਲਿਆਂਦੀ, ਬਸ ਖੱਤਿਆਂ 'ਚ ਚਲਾਉਣਾ ਆ ਤੇ ਆਪਾਂ ਦਿਖਾਉਣਾ ਵੀ ਆਫਰੋਡਿੰਗ ਕੀਤੀ ਆ। ਬਾਬਾ ਜੀ ਤਾਂ ਨਹੀਂ ਲੈ ਕੇ ਆ ਰਹੇ ਕਿਤੇ? ਮੈਂ ਲਿਆਵਾਂਗਾ, ਪੱਕਾ ਲਿਆਵਾਂਗਾ, ਕਿਉਂ ਨਹੀਂ ਅਸੀਂ ਲੈ ਕੇ ਆਉਣੀ, ਹਾਂ ਅਸੀਂ ਲੈ ਕੇ ਆਵਾਂਗੇ। ਤੁਸੀਂ ਕਿੱਥੇ ਚਲਾਉਣੀ ਆ? ਮੈਂ ਘਰੇ 'ਚ ਲਾਈ ਜਾਣੀ ਆ, ਤੁਹਾਡੇ ਕੋਲ ਆਵਾਂਗਾ ਦੁਬਾਰਾ ਇੰਟਰਵਿਊ ਕਰਨ। ਅੱਛਾ ਵੀ ਕੱਲ੍ਹ ਹੋਰ ਮੈਂ ਗੱਲ ਕਰਦਾ ਬਾਬਾ ਜੀ ਵੀ ਨਾ, ਅੱਜ ਦੇ ਜ਼ਮਾਨੇ 'ਚ ਤੁਸੀਂ ਕਿਹਾ ਤੁਸੀਂ ਬਹੁਤ ਕੁਛ ਕਰ ਲਿਆ। ਹਾਂਜੀ,
ਮਿਹਨਤ ਬਹੁਤ ਕੀਤੀ ਹੈ ਨਾ ਜੀ ਜੀ ਸਭ ਕੁਝ ਦੇਖਿਆ ਬਿਲਕੁਲ ਜੀ ਬਿਲਕੁਲ ਅੱਜ ਕੱਲ੍ਹ ਜੋ ਚੱਲ ਰਿਹਾ ਆ ਕੀ ਲੱਗਦਾ ਅੱਗੇ ਦੀ ਦੁਨੀਆ ਬਾਰੇ ਸੋਚਦੇ ਹਾਂ ਵੀ ਇੱਕ ਇੱਕ ਟਾਈਮ 'ਤੇ ਵੀ ਹਾਂ ਲੋਕਾਂ ਦੀ ਮੈਂਟੈਲਿਟੀ ਦੀ ਕੀ ਰਹਿ ਜਾਏਗੀ ਮੈਂਟੈਲਿਟੀ ਨਹੀਂ ਮੈਂ ਤੁਹਾਨੂੰ ਇੱਕ ਗੱਲ ਕਹਿ ਦਿੰਦਾ ਦੇਖੋ ਮੇਰੀ ਸੋਚ ਪਤਾ ਕੀ ਹੈ ਇੱਥੇ ਵੀ ਮੈਂ ਦਲੀਲ ਨਾਲ ਹੀ ਗੱਲ ਕਰਾਂਗਾ ਕਿਉਂਕਿ ਜੋ ਮੈਨੂੰ ਇਹ ਡਰ ਆ ਮੈਂ ਅੱਜ ਇਨਫਲੂਐਂਸਰ ਆ ਕੱਲ੍ਹ ਨੂੰ ਮੇਰੇ 2 ਸਾਲਾਂ ਪਹਿਲਾਂ ਹੀ ਕੋਈ ਗੱਲ ਚੱਕ ਕੇ ਅਤੇ ਮੈਨੂੰ ਇਹ ਟੌਂਚ ਨਾ ਮਾਰੀ ਜਾਵੇ ਵੀ ਬਾਬਾ ਤੂੰ ਆਹ ਕਹਿੰਦਾ ਸੀ ਹੁਣ ਆਹ ਕਹਿੰਦਾ ਵਾ ਮੈਂ ਬੜਾ ਸਿਆਣਾ ਵਾਂ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਇਹ ਦਲੀਲ ਨਾਲ ਗੱਲ ਕਰੂੰਗਾ ਪਹਿਲੇ ਪਤਾ ਕੀ ਗੱਲ ਆ ਪਹਿਲੇ ਆਪਣੇ ਘਰ ਨੂੰ ਸੈੱਟ ਕਰੀਏ ਫਿਰ ਆਪਾਂ ਕਿਸੇ ਬਾਰੇ ਸੋਚੀਏ ਹੁਣ ਮੈਂ ਅੰਮ੍ਰਿਤ ਛਕਿਆ ਹੋਵੇ ਮੈਂ ਆਪਣੇ ਆਪ ਨੂੰ ਟਕਸਾਲੀ ਕਹਾਂ ਅਤੇ ਮੇਰਾ ਮੁੰਡਾ ਮੋਨਾ ਹੋਵੇ ਠੀਕ ਆ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਕਹਿੰਦੇ ਸੀ ਜਿਹੜਾ ਹਿੰਦੂ ਆ ਉਹ ਕੱਟੜ ਹੋਣਾ ਚਾਹੀਦਾ ਉਹਨੂੰ ਸਾਰੀਆਂ ਚੀਜ਼ਾਂ ਹਨੂੰਮਾਨ ਚਾਲੀਸਾ ਕੰਠਿਆ ਉਹਦੇ ਬੱਚੇ ਨੂੰ ਅਤੇ ਸਾਡਾ ਭਰਾ ਆ ਹੁਣ ਇਹ ਨਹੀਂ ਆ ਵੀ ਉਹਨੂੰ ਆਪਣੇ ਧਰਮ ਪੱਖੋਂ ਨਾ ਪਤਾ ਹੋਵੇ ਜਿਹਨੇ ਉਹਨਾਂ ਪਾਇਆ ਹੋਵੇ ਅਤੇ ਸਾਡਾ ਭਰਾ ਨਾ ਹੋਵੇ ਠੀਕ ਆ ਭਾਜੀ ਬਾਬਾ ਜੀ ਕਦੇ ਰੋਟੀ ਲਈ ਤਰਸਦੇ ਸੀਗੇ ਅੱਜ ਪ੍ਰਮੋਸ਼ਨਾਂ ਕਰਦੇ ਹੋ ਹੈ ਪੀਜੇ ਆਣ ਦਿਓ ਖੁੱਲ੍ਹੇ ਆਣ ਦਿਓ ਕੋਈ ਚੱਕਰ ਨਹੀਂ ਨਹੀਂ ਉਹ ਮੈਂ ਗੱਲ ਪੂਰੀ ਕਰ ਲਵਾਂ ਗੱਲ ਇਹ ਵੀ ਜਿਹੜਾ ਮੁੱਦਾ ਆ ਨਾ ਸਿੱਖੀ ਦਾ ਪਹਿਲਾਂ ਮੈਂ ਹੁਣ ਸੰਥਿਆ ਕੀਤੀ ਮੇਰਾ ਬੇਟਾ ਬੋਲਣ ਲੱਗ ਪਿਆ ਮੈਂ ਆਪਣੇ ਘਰ ਨੂੰ ਸੰਭਾਲਾਂ ਸਿੱਖੀ ਆਪਣੇ ਘਰ 'ਚੋਂ ਸ਼ੁਰੂ ਕਰੀਏ ਹੁਣ ਮੈਂ ਕੀਰਤਨ ਸਿੱਖਿਆ ਮੈਂ ਆਪਣੇ ਬੇਟੇ ਨੂੰ ਕਹੂੰਗਾ ਵੀ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਉੱਪਰ ਰੱਖੀਏ ਜੇ ਕੱਲ੍ਹ ਨੂੰ ਘਰ ਬਣਾਈਏ ਹੈ ਨਾ ਅਤੇ ਉੱਥੇ ਜਾ ਕੇ ਗੁਰੂ ਸਾਹਿਬ ਨੂੰ ਸ਼ਬਦ ਸੁਣਾ ਸਕੇ ਇਹ ਜਿਹੜਾ ਕੰਮ ਆ ਇਹ ਆਪਾਂ ਕੀਰਤਨ ਨਾਲ ਜੋੜ ਲਿਆ ਤੁਸੀਂ ਸਿੱਖੀ ਦੀ ਗੱਲ ਕੀਤੀ ਨਾ ਛੋਟੇ ਹੁੰਦੇ ਨਾ ਦਾਦੀ ਕਿੱਸੇ ਸੁਣਾਉਂਦੇ ਹੁੰਦੇ ਸੀ ਮੈਨੂੰ ਆਪ ਕਹਿਣਾ ਵੀ ਦਲੀਪ ਸਿੰਘ ਕੌਣ ਸੀ ਹੈ ਨਾ ਇਹ ਸਾਰੀ ਚੀਜ਼ਾਂ ਮੈਨੂੰ ਦੱਸੀਆਂ ਜਾਂਦੀਆਂ ਸੀਗੀਆਂ ਵੀ ਇੱਦਾਂ ਇੱਦਾਂ ਹੁੰਦੀਆਂ ਸੀ ਇੱਕ ਰਾਜੇ ਰਾਣੀ ਵਾਲੀ ਕਹਾਣੀ ਬੜੀ ਸੁਣੀ ਆ ਮੈਂ ਸੱਤ ਰਾਣੀਆਂ ਹੁੰਦੀਆਂ ਸੀ ਇੱਕ ਰਾਜੇ ਦੀਆਂ ਠੀਕ ਆ ਅਤੇ ਉਹ ਇੱਕ ਬੰਦੇ ਨੂੰ ਲੈ ਕੇ ਆਉਂਦਾ ਵੀ ਮੈਂ ਇੱਕ ਨਾ ਗਰੀਬ ਨਾਲ ਰਾਣੀ 6 ਦਾ ਵਿਆਹ ਹੋ ਜਾਂਦਾ 7ਵੀਂ ਕਹਿੰਦੀ ਹੈ ਮੈਂ ਨਾ ਕਰਾ ਲਵਾਂਗੀ ਕਿਸੇ ਨਾਲ ਵੀ ਵਿਆਹ ਕਰਾ ਲਵਾਂਗੀ ਹੈ ਨਾ ਉਹ ਇੱਕ ਗਰੀਬ ਦੇਖਦੀ ਆ ਉਹਦਾ ਨਾ ਰੰਗ ਰੂਪ ਮਤਲਬ ਪੂਰਾ ਕਹਾਣੀ ਵੀ ਆਈ ਹੋਈ ਹੈ ਕਿਤੇ ਫਿਲਮ ਵੀ ਆਈ ਹੋਈ ਹੈ ਵੀ ਉਹਦੇ ਨਾ ਦਾਣੇ ਹੁੰਦੇ ਨੇ ਫਿਰ ਅਤੇ ਪੂਰੇ ਪੂਰੇ ਸਰੀਰ 'ਤੇ ਉਹ ਜਦੋਂ ਗੁਰਦੁਆਰੇ ਜਾਂਦਾ ਨਾ ਗੁਰਦੁਆਰੇ ਜਾ ਕੇ ਉਹਨੂੰ ਬਿਠਾ ਦੇ ਵੀਲ ਚੇਅਰ 'ਤੇ ਬਿਠਾਇਆ ਹੁੰਦਾ ਅੱਛਾ ਜੀ ਉਹ ਕਹਿੰਦੀ ਮੈਂ ਆਈ ਹੈ ਨਾ ਮਾੜਾ ਦੇਖ ਲੈ ਕੇ ਅਤੇ ਉਹ ਦੇਖ ਲੈਣ ਜਾਂਦੀ ਹੈ ਜਦੋਂ ਨਾ ਉਹ ਦੇਖਦਾ ਵੀ ਕਾਂ ਜਾ ਤਾਂ ਰਿਹਾ ਕਾਲਾ ਹੋ ਗਿਆ ਪਰ ਚਿੱਟਾ ਹੋ ਕੇ ਨਿਕਲ ਰਿਹਾ ਉਹ ਇਹਦੀ ਬਹਾਨੇ ਉਹ ਚੱਲ ਉਹ ਵੀ ਕਹਿੰਦਾ ਮੈਂ ਵੀ ਇਸ਼ਨਾਨ ਕਰਕੇ ਦੇਖਦਾ ਕੀ ਜਦੋਂ ਇਸ਼ਨਾਨ ਕਰਕੇ ਨਿਕਲਦਾ ਨਾ ਉਹ ਆ ਕੇ ਉੱਥੇ ਬੈਠਦਾ ਉਹਦੀ ਘਰ ਵਾਲੀ ਆ ਕੇ ਦੇਖਦੀ ਹੈ ਨਾ ਵੀ ਰਾਣੀ ਆ ਕੇ ਦੇਖਦੀ ਹੈ ਰਾਜਾ ਕਿੱਥੇ ਹੈ ਰਾਜਾ ਤਾਂ ਦਿਖ ਨਹੀਂ ਰਿਹਾ ਜਦੋਂ ਦੇਖਦੀ ਰਾਜੇ ਦੀ ਵੀਲਚੇਅਰ ਤੇ ਕੌਣ ਬੈਠਾ ਉਹ ਕਹਿੰਦਾ ਮੈਂ ਹੀ ਰਾਜਾ ਆ ਇਹ ਦਰਬਾਰ ਸਾਹਿਬ ਦੀ ਪੁਰਾਣੀ ਕਹਾਣੀ ਹੈ ਇਹ ਜਿਹੜੀ ਦਰਬਾਰ ਸਾਹਿਬ ਦਾ ਗੁਰੂ ਸਾਹਿਬ ਨੇ ਪੰਗਤੀ ਉਚਾਰਨ ਕੀਤੀ ਸੀ ਜੀ ਹੈ ਨਾ ਕਾਗਾਂ ਵਾਲੀ ਪੰਗਤੀ ਉਚਾਰਨ ਗੁਰੂ ਸਾਹਿਬ ਨੇ ਕੀਤੀ ਹੈ ਅਤੇ ਉਹ ਪੁਰਾਣੀ ਕਹਾਣੀ ਉਹ ਤੁਸੀਂ ਸੁਣਾ ਰਹੇ ਹੋ ਸੁਣਾ ਮੈਨੂੰ ਪਤਾ ਦੱਸੀ ਗਈ ਹੈ ਨਾ ਹੁਣ ਅੱਜ ਦੇ ਜ਼ਮਾਨੇ 'ਚ ਜੇ ਬੱਚੇ ਨੂੰ ਕਹਾਣੀ ਪੁੱਛੋ ਉਹਨੂੰ ਇਹ ਪਤਾ ਪਬਜੀ ਕਿਵੇਂ ਖੇਡੀ ਦੀ ਹੁੰਦੀ ਆ ਮੰਨਦੇ ਹੋ ਅੱਜ ਦੇ ਜ਼ਮਾਨੇ 'ਚ ਇਹ ਪਤਾ ਵੀ ਰੀਲ ਕਿਵੇਂ ਪਾਈ ਦੀ ਹੁੰਦੀ ਆ ਬਿਲਕੁਲ ਪਰ ਇਹ ਨਹੀਂ ਪਤਾ ਹੁੰਦਾ ਵੀ ਕੀ ਕਹਾਣੀ ਆ ਕਿਸੇ ਦਲੀਪ ਸਿੰਘ ਬਾਰੇ ਕਿਹਨੂੰ ਪਤਾ ਕਿਸੇ ਨੂੰ ਪਤਾ ਹੀ ਨਹੀਂ ਮੈਂ ਹੁਣ ਮੈਨੂੰ ਨਾ ਸ਼ਸਤਰ ਭੇਟ ਕੀਤਾ ਮੇਰਾ ਬੇਟਾ ਨਾ ਜ਼ਿਆਦਾਤਰ ਅਸੀਂ ਤੁਹਾਨੂੰ ਪਤਾ ਹੀ ਹੈ ਵੀ ਮੇਰਾ ਡਿਵੋਰਸ ਹੋਇਆ ਮੇਰੀ ਮੰਮਾ ਨੇ ਮੈਨੇ ਉਹਦੀ ਦਾਦੀ ਨੇ ਮੇਰੇ ਬੇਟੇ ਦੀ ਦਾਦੀ ਨੇ ਉਹਨਾਂ ਨੂੰ ਪਾਲਿਆ ਠੀਕ ਹੈ ਗਰੀਬੀ ਕਰਕੇ ਡਿਵੋਰਸ ਹੋ ਗਿਆ ਵੀ ਹੈ ਨਹੀਂ ਸੀ ਕੁਛ ਝੂਠ ਨਹੀਂ ਉੱਪਰਲੀ ਛੱਤ ਵਾਲਾ ਪੱਖਾ ਵੀ ਨਹੀਂ ਸੀ ਝੂਠ ਕਾਹਤੇ ਬੋਲਣਾ ਅਤੇ ਤੁਸੀਂ ਇਹ ਸੋਚ ਲਓ ਵੀ ਉਹਨਾਂ ਨੂੰ ਡਿਵੋਰਸ ਹੋਇਆ ਅਤੇ ਸਾਡੇ ਬੇਟੇ ਨੇ ਮੇਰਾ ਬੇਟਾ ਫਰੈਂਕਲੀ ਹੈ ਮੇਰੇ ਨਾਲ 100 ਵਿੱਚੋਂ 10 ਵਾਰ ਪਾਪਾ ਕਹਿੰਦਾ ਹੈ ਉਹਨੇ ਤਾਂ ਕਹਿੰਦਾ ਹਾਂਜੀ ਕਿੱਥੇ ਚੱਲੇ ਹਾਂ ਮੰਮੀ ਜਿੱਦਾਂ ਕਹਿੰਦੇ ਆ ਉਹ ਕਾਪੀ ਰਾਈਟ ਕਰਦਾ ਹੈ ਅਤੇ ਉਹਨੇ ਕਿਹਾ ਵੀ ਤੂੰ ਕਿਰਪਾਨ ਲੈ ਆਉਂਦੀ ਤੂੰ ਮੈਨੂੰ ਨਹੀਂ ਦਿੱਤੀ ਉਹਨੇ ਉਹਨੂੰ ਨਾ ਮੇਰੀ ਦੂਸਰੀ ਮੈਂ ਉੱਤੋਂ ਸ਼ਸਤਰ ਪਾਇਆ ਸੀ ਮੈਨੂੰ ਭੇਟ ਕੀਤਾ ਨਾ ਰੀਲ ਦੇ ਵਿੱਚ ਅਤੇ ਤੁਸੀਂ ਦੇਖਿਓ ਵੀਰਾਂ ਨੇ
ਤੇ ਉਹਨੇ ਮੇਰੀ ਦੂਸਰੀ ਕਿਰਪਾਨ ਨੂੰ ਮੰਮੀ ਨੇ ਉਹਨੂੰ ਗੰਢ ਮਾਰ ਕੇ ਦੇਤੀ ਤੀ ਛੋਟੇ ਗਾਤਰਾ ਕਰਕੇ ਤੇ ਗਲੀ 'ਚ ਫਿਰਿਆ ਤੁਰਿਆ ਫਿਰੇ ਤੇ ਕਹਿੰਦਾ ਮੈਂ ਵੀ ਹੁਣ ਸਾਨੂੰ ਇਹ ਖੁਸ਼ੀ ਹੁੰਦੀ ਵੀ ਸਾਡੇ ਬੱਚੇ ਸ਼ੁਕਰ ਆ ਵੀ ਸਿੱਖੀ ਵੱਲ ਜੁੜੇ ਆ ਉਹਨਾਂ ਨੂੰ ਪਤਾ ਆ ਸਾਡੀ ਮਾਤਾ ਪਾਠ ਕਰਦੀ ਉੱਠ ਕੇ ਚਲੋ ਇਹ ਚੀਜ਼ ਦਾ ਵਾਧਾ ਹੈਗਾ ਸਾਡਾ ਪਰ ਜੇ ਮੰਨ ਲਓ ਅਸੀਂ ਜੀਂਦਾ ਹੀ ਨਾ ਹੁੰਦੇ ਜਾਂ ਰਹਿੰਦੇ ਹੀ ਨਾ ਤਾਂ ਫਿਰ ਸਾਡੇ ਜਵਾਕ ਕੀ ਕਰਦੇ ਭਾਜੀ ਤੇ ਗੱਲ 'ਚ ਕੀ ਪਾਇਆ ਇਹ ਭਾਜੀ ਸੂਰ ਦਾ ਦਾਂਦੇ ਆ ਜੀ ਇਹ ਪਹਿਲਾਂ ਸਿੰਘ ਜਦੋਂ ਜੰਗ ਲੜਦੇ ਸੀ ਨਾ ਉਹ ਘਾਇਲ ਹੁੰਦੇ ਸੀ ਅਤੇ ਮੁਸਲਮਾਨ ਜਿਹੜੇ ਮੁਗਲ ਆ ਉਹਨਾਂ ਦੀ ਦਸਤਾਰਾਂ 'ਤੇ ਪੈਰ ਮਾਰ ਕੇ ਸਿਰਾਂ 'ਤੇ ਪੈਰ ਮਾਰ ਕੇ ਦੇਖਦੇ ਸੀ ਵੀ ਇਹ ਜੀਂਦੇ ਕਿ ਨਹੀਂ ਅਤੇ ਤੁਹਾਨੂੰ ਪਤਾ ਆ ਵੀ ਮੁਸਲਮਾਨ ਜਿਹੜਾ ਮੋਮਟੇਨ ਲੋਕ ਆ ਉਹ ਸੂਰ ਨੂੰ ਪਸੰਦ ਲਾਈਕ ਨਹੀਂ ਕਰਦੇ ਅਤੇ ਸਿੰਘ ਆਪਣੇ ਸ਼ਸਤਰ ਦਮਾਲਿਆਂ 'ਚ ਲਾਉਂਦੇ ਸੀ ਇਹ ਹੁਣ ਲੋਕ ਸ਼ਸਤਰ ਉੱਦਾਂ ਪਾਉਣ ਲੱਗ ਪਏ ਆ ਚਲੋ ਆਪਣਾ ਪਹਿਲਾਂ ਰਿਵਾਜ਼ ਵੀ ਸੀ ਕਿ ਦਮਾਲਿਆਂ ਨਾਲ ਪਾਉਣਾ ਹੁਣ ਲੋਕ ਗਲਾਂ 'ਚ ਪਾਉਣ ਲੱਗ ਪਏ ਆਪਣੇ ਸਿੰਘ ਇਹ ਵੈਸੇ ਕੋਈ ਐਡਾ ਕੋਈ ਇਸ਼ੂ ਨਹੀਂ ਹੈਗਾ ਵੈਸੇ ਸ਼ੌਂਕ ਨਾਲ ਸ਼ਸਤਰ ਪਾਇਆ ਵੀ ਸਾਡੀ ਪਛਾਣ ਰਹੇ ਵੀ ਆਪਾਂ ਛੱਤਰੀ ਪੁੱਤਰ ਆ ਛੱਤਰੀ ਪੁੱਤਰ ਅੱਛਾ ਇੱਕ ਚੀਜ਼ ਹੋਰ ਵੀ ਤੁਸੀਂ ਸਾਰੀ ਚੀਜ਼ਾਂ ਕਰਦੇ ਹੋ ਹਾਸਾ ਮਖੌਲ ਕਰਦੇ ਹੋ ਲੋਕੀ ਕਹਿੰਦੇ ਹੋਣਗੇ ਯਾਰ ਕੀ ਚਾਵਲ ਮਾਰਦਾ ਹੈ ਬਿਲਕੁਲ 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 ਜੀ ਬਿਲਕੁਲ ਹੁਣ ਇੱਕ ਵੀਰ ਨੇ ਰੋਸਟ ਕੀਤਾ ਮੈਨੂੰ ਉਹਦਾ ਮੈਂ ਨਾਂ ਨਹੀਂ ਮੈਨੂੰ ਪਤਾ ਤੇ ਮੈਨੂੰ ਕਿਸੇ ਨੇ ਭੇਜੀ ਉਹ ਸਰਦਾਰ ਆ ਅਤੇ ਉਹ ਕਹਿੰਦਾ ਵੀ ਇਹਨੂੰ ਕੀ ਪਤਾ ਸੁਰ ਦਾ ਇਹਨੂੰ ਕੀ ਪਤਾ ਉਹਦਾ ਹੈ ਨਾ ਉਹਨੇ ਮੇਰੀ ਥੱਲੇ ਗਾਇਕੀ ਵਾਲੀ ਨਹੀਂ ਚੈੱਕ ਕੀਤੀ ਤੇ ਜਾਂ ਮਾੜਾ ਜਿਹਾ ਬਾਬਾ ਜੀ ਦੀ ਗਾਇਕੀ ਚੈੱਕ ਕਰੇਗਾ ਫਿਰ ਪਤਾ ਲੱਗੂ ਹਾਂ ਫਿਰ ਪਤਾ ਲੱਗੂ ਤੈਨੂੰ ਅਤੇ ਮੈਂ ਉਹਦੀ ਵੇਟ ਕਰਦਾ ਪਿਆ ਵਾਂ ਵੀ ਤੂੰ ਮੇਰੇ ਸਾਹਮਣੇ ਕਦੋਂ ਆਵੇਂ ਅਤੇ ਮੈਂ ਉਹਨੂੰ ਵਾਜਾ ਲੈ ਕੇ ਬਿਠਾਵਾਂ ਵੀ ਭਾਈ ਸਾਹਿਬ ਸੁਣਾਓ ਸੁਣਾਓ ਕੀ ਸੁਣਾਓਗੇ ਤੁਹਾਡੇ ਕੋਲ ਹੈ ਕੀ ਆ ਹਾਂ ਤੁਸੀਂ ਤਾਂ ਸੁਣਾਉਣਾ ਅਸੀਂ ਤਾਂ ਸਾਹ ਦੀਆਂ ਹੁਣ ਇੱਕ ਚੀਜ਼ ਨੋਟ ਕਰਿਓ ਮਦਦ ਨਾ ਸੋਗ ਬਿਓਗੀ ਮਦਦ ਨਾ ਸੋਗ ਬਿਓਗੀ ਇਹ ਜੇ ਕਿਸੇ ਨਵੇਂ ਮੁੰਡੇ ਨੇ ਬੀਬੀ ਦੇਖੀ ਤੇ ਉਹਨੇ ਇੰਨਾ ਸਾਹ ਨਹੀਂ ਰੱਖ ਪਾਉਣਾ ਠੀਕ ਹੈ ਸਾਡੇ ਤਾਂ ਤੁਸੀਂ ਕੋਸੋਂ ਦੂਰ ਆ ਸਾਡੇ ਕੋਲ ਸਾਡੇ ਨਾਲ ਜਦੋਂ ਤੁਸੀਂ ਗੱਲ ਕਰਨੀ ਨਾ ਤਿਆਰ ਪਰ ਤਿਆਰ ਹੋ ਕੇ ਆਓ ਵੀ ਬਾਬੇ ਹੁਣਾਂ ਨਾਲ ਗੱਲ ਕਰਨੀ ਆ ਉਹਨੂੰ ਹੀ ਮੈਂ ਵੇਟ ਕਰ ਰਿਹਾ ਉਹ ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਵੀ ਉਹ ਮੈਨੂੰ ਮਿਲੇ ਫਿਰ ਮੈਂ ਉਹਦੇ ਨਾਲ ਬਹਿ ਕੇ ਵੀਡੀਓ ਬਣਾਵਾਂ ਵੀ ਭਾਈ ਸਾਹਿਬ ਸੁਣਾਓ ਤੁਸੀਂ ਆਹ ਸਾਨੂੰ ਇਸ ਸਮੇਂ ਰੋਸਟ ਕੀਤਾ ਸੀ ਇੱਦਾਂ ਕੀਤਾ ਸੀ ਮੈਂ ਮੇਰਾ ਪਤਾ ਕੀ ਹੁੰਦਾ ਮੈਂ ਉਹਨੂੰ ਫੋਨ ਕਰਕੇ ਕਹਾਂ ਤੂੰ ਓਏ ਤੂੰ ਮੈਨੂੰ ਰੋਸਟ ਕੀਤਾ ਜਾਂ ਮੈਂ ਵੀਡੀਓ ਪਾਵਾਂ ਉਹਨੂੰ ਵਿਊ ਮਿਲ ਜਾਣਾ ਮੈਂ ਐਡੀ ਮੁਸ਼ਕਲ ਵਿਊ ਇਕੱਠਾ ਕਰਦਾ ਵਾਂ ਮੈਂ ਉਹਨੂੰ ਕਿਉਂ ਵਿਊ ਦੇਵਾਂ ਅਤੇ ਉਹਨੇ ਲਾਸਟ 'ਚ ਇਹ ਗੱਲ ਕਹੀ ਕਹਿੰਦਾ ਵੀ ਇਹਨੂੰ ਗਾਤਰਾ ਲਾ ਦੇਣਾ ਚਾਹੀਦਾ ਇਹ ਤੁਹਾਡੇ ਪਿਤਾ ਜੀ ਨੇ ਨਹੀਂ ਦਿੱਤਾ ਇਹ ਸਾਡੇ ਪਿਓ ਨੇ ਦਿੱਤਾ ਇਹ ਸਾਡੀ ਮਰਜ਼ੀ ਨਾਲ ਪਾਇਆ ਗਿਆ ਅਤੇ ਸਾਡੀ ਮਰਜ਼ੀ ਨਾਲ ਹੀ ਲਾਇਆ ਜਾਏਗਾ ਲਾਇਆ ਇਦੋਂ ਜਾਏਗਾ ਜਦੋਂ ਸਾਡੇ ਸਵਾਸ ਖਤਮ ਹੋਣਗੇ ਉਹ ਵੀ ਸਾਡੇ ਨਾਲ ਹੀ ਜਾਏਗਾ ਠੀਕ ਹੈ ਬਾਬਾ ਜੀ ਕੋਲ ਤੁਸੀਂ ਆਓ ਬਾਬਾ ਜੀ ਵੀ ਉਸਤਾਦਾਂ ਦੇ ਚੰਡੇ ਨੇ ਨਹੀਂ ਐਡੀ ਕਿਹੜੀ ਗੱਲ ਏ ਅਕਾਲ ਚੜ੍ਹਦੀ ਕਲਾ ਕਰਾ ਦੇਵਾਂਗੇ ਕੋਈ ਮਤਲਬ ਅੱਛਾ ਬਾਬਾ ਜੀ ਇੱਕ ਚੀਜ਼ ਹੋਰ ਪੁੱਛਦੇ ਹਾਂ ਸਾਰੀ ਚੀਜ਼ਾਂ ਤੁਸੀਂ ਦੇਖਦੀਆਂ ਅੱਜ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਚੀਜ਼ ਚੱਲ ਰਹੀ ਆ ਲੋਕਾਂ ਬੱਚੇ ਜੋੜਦੇ ਆ ਤੁਸੀਂ ਬੱਚੇ ਕਿਹਾ ਨਾ ਸਿੱਖੀ ਨਾਲ ਜੋੜਨੇ ਚਾਹੀਦੇ ਆ ਕਿਵੇਂ ਜੋੜੋਗੇ ਸਿੱਖੀ ਨਾਲ ਐਕਚੁਅਲ ਮੈਂ ਤੁਹਾਨੂੰ ਪਹਿਲੇ ਕਹਿ ਦਿੱਤਾ ਵੀ ਜਿਹੜਾ ਮਾਂ ਪਿਓ ਆ ਨਾ ਉਹਨੂੰ ਸੰਥਿਆ ਕਰਨੀ ਚਾਹੀਦੀ ਪਹਿਲਾਂ ਤੁਸੀਂ ਬਾਬਾ ਜੀ ਨਾਮ ਰੱਖਿਆ ਨਾ ਇੱਕ ਮੈਂ ਤੁਹਾਨੂੰ ਵੀਡੀਓ ਦਿਖਾਈ ਸੀ ਉਹ ਗੋਲੀ ਨਾਲ ਜੀ ਕਰਕੇ ਉਹ ਸ਼ਾਇਦ ਉਹਨੂੰ ਇਕੱਲੇ ਨੂੰ ਦੇਖਦਾ ਹੋਊਗਾ ਉਹ ਕਹਿੰਦੇ ਨਹੀਂ ਆ ਉਹ ਕਹਿੰਦੇ ਆਹ ਦੇਖੋ ਭਾਜੀ ਕੀੜਾ ਆ ਦੇਖੋ ਇੱਧਰ ਕੀੜਾ ਆਹ ਭਾਜੀ ਦੇਖੋ ਕੀੜਾ ਦਿਖ ਰਿਹਾ ਦੇ ਤੁਹਾਨੂੰ ਦਿਖ ਰਿਹਾ ਹੋਰਾਂ ਨੂੰ ਨਹੀਂ ਦਿਖ ਰਿਹਾ ਕਿਉਂਕਿ ਸਾਡੀ ਗਰੀਬੀ ਸਾਨੂੰ ਦਿਖਦੀ ਹੋਰਾਂ ਨੂੰ ਨਹੀਂ ਦਿਖਦੀ ਉਹਨੇ ਬਾਹਰ ਹੁਣ ਦੇਖੋ ਹੁਣ ਜਿਹੜਾ ਬੰਦਾ ਆ ਉਹਨੇ ਆਪਣਾ ਜ਼ਰੀਆ
ਗੋਲਕ ਦਾ ਜਿਹੜਾ ਕਰਨਾ ਆ ਗੁਜ਼ਰ ਬਸਰ, ਹੁਣ ਮੈਂ ਆ ਮੰਨ ਲਓ ਮੈਂ ਤੇ ਕੰਮ ਲੱਗ ਗਿਆ ਕਿਸੇ, ਜਾਂ ਮੈਂ ਇੱਧਰ ਸੋਸ਼ਲ ਮੀਡੀਆ ਲਾ ਗਿਆ, ਜੇ ਮੈਂ ਕਰਦਾ ਮੈਂ ਤੇ ਲੋਕਾਂ ਨੂੰ ਟੂਣੇ ਟੱਪਣੇ ਕਰਨੇ ਸਿਖਾਉਣੇ ਸੀ, ਕੋਈ ਨਹੀਂ ਕੋਈ ਨਹੀਂ ਅਰਦਾਸ ਕਰਦੇ ਤੁਹਾਡਾ ਸੈੱਟ ਹੋ ਜੂ। ਹੁਣ ਉਹ ਲੋਕ ਜ਼ਿਆਦਾ ਨੇ ਜਿਨ੍ਹਾਂ ਦਾ, ਜਿਨ੍ਹਾਂ ਨੂੰ ਪਤਾ ਸਾਨੂੰ ਬਾਹਰ ਦਿਹਾੜੀ ਕਰਨੀ ਪੈਣੀ ਆ, ਅਸੀਂ ਏਸੀ 'ਚ ਕਿੱਦਾਂ ਬੈਠੇ ਰਹੀਏ। ਬਾਬਾ ਜੀ ਤੁਸੀਂ ਨਹੀਂ ਬਣਾਈ ਰੀਲ ਤੌਬਾ ਤੌਬਾ ਦੇ, ਹੁਸਨ ਤੇਰਾ ਤੌਬਾ? ਹਾਂ ਉਹ ਨਹੀਂ ਬਾਬਾ ਜੀ, ਆਪਾਂ ਉਹ ਤੌਬਾ ਤੌਬਾ ਐ ਹੀ ਕਰਦੇ ਨੇ ਨਾ, ਜ਼ਿਆਦੀ ਐਸ ਕਰਾਤੀ ਉਹਨੇ, ਦੇਖ ਚੀਕ ਚੀਕ ਪਕਾ ਡਮ ਡਮ, ਉਹ ਸ਼ਾਇਦ ਉਹਨੇ ਜ਼ਿਆਦੀ ਅੱਤ ਕਰਾਤੀ ਆ। ਬਾਕੀ ਇੱਕ ਦੋ ਰੀਲ ਹੋਰ ਵੀ ਸੀ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਆਪਾਂ ਨੂੰ ਰੀਪ੍ਰਜੈਂਟ ਰੀਲਾਂ ਪਤਾ ਕਿਹੜੀਆਂ ਕਰਨੀਆਂ ਚਾਹੀਦੀਆਂ? ਉਹ ਇੱਕ ਸੁਣੀ ਮੁਤੁਮੀ ਕੁਰਲ ਬਾ ਪੀਚੇ ਲਾ ਵੱਲ ਤੁਮਾ, ਮੁਤੁਮੀ ਕੁਰਲ ਬਾ। ਹੁਣ ਜਿਹੜਾ ਸਿੰਗਰ ਆ ਨਾ ਉਹਨੇ ਐਕਸੈਪਟੇਸ਼ਨ ਰੱਖਣੀ ਯਾਰ, ਇਹ ਕਿਹੜੀ ਲੈਂਗੁਏਜ ਆ, ਸਰਚੇਬਲ ਬੰਦਾ ਹੋਣਾ ਚਾਹੀਦਾ ਹੈ, ਸਰਚ ਕਰਨੀ ਚਾਹੀਦੀ ਹੈ। ਹੁਣ ਮੈਂ ਉਸ ਚੀਜ਼ ਨੂੰ ਸੁਣਿਆ, ਬਾਰ ਬਾਰ ਸੁਣਿਆ, ਬਾਰ ਬਾਰ ਸੁਣਿਆ, ਬਾਰ ਬਾਰ ਸੁਣਿਆ, ਬਾਰ ਬਾਰ ਸੁਣਿਆ, ਬਾਰ ਬਾਰ, ਫਿਰ ਮੇਰੇ ਮਨ 'ਚ ਆਈ। ਉਹ ਇੱਕ ਮਿਹਨਤ ਹੁੰਦੀ ਆ। ਆਪਣੀ ਸਿੰਗਿੰਗ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ, ਚਾਹੇ ਹਾਂ ਸਿੰਗਰ ਦਾ ਨਾ, ਜੇ ਤੁਸੀਂ ਕਹੋ ਵੀ ਸਿੰਗਰ ਰਾਗੀ ਸੀ ਤੇ ਇਹ ਗਾਣੇ ਗਾਉਣ ਲੱਗ ਪਿਆ, ਸਿੰਗਰ ਦਾ ਕੋਈ ਧਰਮ ਨਹੀਂ ਹੈਗਾ, ਗਵੱਈਏ ਦਾ ਕੋਈ ਧਰਮ ਨਹੀਂ ਹੈਗਾ। ਹੁਣ ਮੰਨ ਲਓ ਮੈਂ ਇੱਕ ਸੀਰੀਅਸਲੀ ਗੱਲ ਕਰਨ ਲੱਗਾ, ਹੁਣ ਮੈਨੂੰ ਕਹਿਣਾ ਆਉਂਦਾ ਵਾ ਜੈ ਮਾਤਾ ਦੀ, ਮੈਨੂੰ ਕਹਿਣਾ ਆਉਂਦਾ, ਗਣੇਸ਼ ਵੰਦਨਾ ਆਉਂਦੀ ਹੈ ਕੁਦਰਤੀ, ਉੱਥੋਂ ਦਾ ਪੰਡਿਤ ਗਾਉਂਦਾ ਗਾਉਂਦਾ ਬਿਮਾਰ ਹੋ ਜੇ, ਕੋਈ ਦਿੱਕਤ ਆ ਜੇ ਗੁਰੂ ਸਾਹਿਬ ਦੇ ਹੱਥ ਪਾਸਾ, ਜਾਂ ਕਿਸੇ ਕ੍ਰਿਸਚਨ ਚਰਚ ਵਿੱਚ ਉਹਨੂੰ ਦਿੱਕਤ ਆ ਜੇ, ਮੈਂ ਉੱਥੇ ਹੋਵਾਂ ਲੰਘਦਾ ਵੜਦਾ ਹੋਵਾਂ ਜਾਂ ਕੁਛ ਵੀ, ਤਾਂ ਮੈਂ ਕਿਉਂ ਨਹੀਂ ਅੰਦਰ ਜਾ ਕੇ ਉਹ ਸਮਾਂ ਸੰਭਾਲੂੰਗਾ ਬਈ, ਉਹ ਜਿਹੜਾ ਉਹਨਾਂ ਦਾ ਚੱਲਦਾ ਪਿਆ ਉਹ ਦਰਬਾਰ, ਹੁਣ ਉਹਨਾਂ ਦੇ ਦਰਬਾਰ 'ਚ ਉਹਨਾਂ ਦਾ ਗੁਰੂ ਰਾਜਾ ਹੈ, ਉਹ ਰਾਜੇ ਦਾ ਦਰਬਾਰ ਚੱਲਦਾ ਪਿਆ ਤੇ ਰਾਜੇ ਦਾ ਦਰਬਾਰ ਚੱਲਦਾ ਰਹਿਣਾ ਚਾਹੀਦਾ, ਉਹ ਰੁਕਣਾ ਨਹੀਂ ਚਾਹੀਦਾ, ਕਿਉਂ ਨਾ ਮੈਂ ਉਹ ਸਾਂਭੂਗਾ, ਹੈ ਨਾ। ਤੁਸੀਂ ਗੱਲ ਮੰਨੋਗੇ ਵੀ ਮੈਂ ਨਾ ਕਿਤੇ ਗਿਆ ਸੀ, ਰਿਸ਼ਤੇਦਾਰੀ 'ਚ ਹੀ ਗਿਆ ਸੀ, ਜਗਰਾਤਾ ਸੀਗਾ। ਅੱਛਾ ਜੀ। ਮੈਂ ਉੱਥੇ ਦੇਖਾਂ, ਮੈਂ ਕਿਹਾ ਯਾਰ ਇੱਥੇ ਉਹ ਸਤਨਾਮ ਵਾਹਿਗੁਰੂ ਗਾਇਆ ਜਾ ਰਿਹਾ। ਬਿਲਕੁਲ ਬਿਲਕੁਲ। ਮੈਂ ਸੋਚਾਂ ਯਾਰ, ਮੈਂ ਕਿਹਾ ਯਾਰ ਇੱਥੇ ਇੱਕ ਲੋਕਾਂ 'ਚ ਹੁੰਦਾ ਨਾ ਵੀ ਹਾਂ ਯਾਰ ਵੀ ਇੱਥੇ ਕਿਉਂ ਉਹ ਚੀਜ਼ਾਂ ਗਾਈਆਂ ਜਾ ਰਹੀਆਂ ਨੇ। ਬਿਲਕੁਲ। ਇੱਥੇ ਤਾਂ ਅਸੀਂ ਮਾਤਾ ਨੂੰ ਯਾਦ ਕਰੀਏ, ਇੱਥੇ ਕਿਉਂ ਵਾਹਿਗੁਰੂ ਨੂੰ ਯਾਦ ਕੀਤਾ ਜਾ ਰਿਹਾ, ਪਰ ਹੈਗਾ ਤਾਂ ਸਾਰਾ ਕੁਛ ਇੱਕ ਹੀ ਆ ਨਾ। ਹਾਂ ਬਿਲਕੁਲ ਬਿਲਕੁਲ। ਕਦੀ ਵੀ ਆਪਣੇ ਮਨ 'ਚ ਇਹ ਚੀਜ਼ ਨਾ ਲੈ ਕੇ ਆਓ ਕਿ ਵੀ ਯਾਰ ਉਹ ਬੰਦੇ ਅੱਡ ਨੇ। ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਿੰਦਾ, ਕਿਤੇ ਨਾ ਕਿਤੇ ਜਦੋਂ ਲੋਕਡਾਊਨ ਲੱਗਾ ਉੱਥੇ ਤੁਸੀਂ ਲੋਕ ਧਰਮ ਭੁੱਲ ਗਏ ਸੀਗੇ। ਉੱਥੇ ਤੁਹਾਡਾ ਧਰਮ ਅਤੇ ਗੁਰੂ ਸਾਹਿਬ ਤਾਂ ਤੁਹਾਨੂੰ ਦਿਖਦੇ ਨਹੀਂ ਸੀ, ਅਕਾਲ ਪੁਰਖ ਕਿੱਥੋਂ ਦਿਖਦਾ, ਇਹ ਦਿਖਦਾ ਸੀ ਵੀ ਕੋਈ ਸਾਡੀ ਹੈਲਪ ਕਰ ਦੇਵੇ ਬੰਦਾ, ਜਾਂ ਫਿਰ ਜਦੋਂ ਹੁਣ ਬਾੜ ਜੀ ਆਈ ਸੀ ਪਿੱਛੇ, ਤੁਸੀਂ ਉਦੋਂ ਕਿੰਨਾ ਪਾਣੀ ਸੀਗਾ ਲੋਕੀ। ਇੱਕ ਗੱਲ ਮੈਨੂੰ ਬਹੁਤ ਵਧੀਆ ਲੱਗੀ ਵੀ ਲੋਕਾਂ 'ਚ ਇੱਕ ਦੂਜੇ ਲਈ ਹੈ ਨਾ ਵੀ, ਹਾਂ ਉਹ ਚੀਜ਼ ਸਭ ਤੋਂ ਵੱਡੀ ਸੀਗੀ। ਹਾਂ ਇਹ ਚੀਜ਼ ਵੱਡੀ ਸੀ। ਹੁਣ ਮੈਂ ਕੱਲ੍ਹ ਨਾ ਉਹ ਇੱਕ ਰਮਾਇਣ ਨਹੀਂ ਸੀ ਚੱਲਦੀ ਪੁਰਾਣੀ, ਉਹ ਜਦੋਂ ਆਪਾਂ ਉਹ ਕਿਹੜੀ ਚੀਜ਼ ਸੀ, ਉਹ ਮੈਨੂੰ ਮੇਰੇ ਮਨੋਂ ਲਿੱਤੀ ਗਈ, ਜਦੋਂ ਰਮਾਇਣ ਸ਼ੁਰੂ ਹੁੰਦੀ ਆ, ਮੰਗਲ ਭਵਨ ਅਮੰਗਲ ਹਾ, ਉਹ ਮੈਂ ਗਾ ਕੇ ਤੇ ਮੈਂ ਪਾਤੀ ਉਹ ਕੁਦਰਤੀ, ਅਸੀਂ ਪਿੱਛੇ ਟੱਲੀ ਵਜਾਉਂਦੇ ਪਏ ਸੀਗੇ ਤੇ ਉਹ ਕਹਿੰਦੇ ਯਾਰ ਤੂੰ ਸਾਡੇ ਧਰਮ ਦਾ ਮਖਾਓ, ਉਹ ਯਾਰ ਅਸੀਂ ਗਵਈਏ ਹਾਂ, ਅਸੀਂ ਕੋਈ ਵੀ ਚੀਜ਼ ਪਾ ਕੇ, ਫਿਰ ਮੈਨੂੰ ਆਰਕੀਵ ਕਰਨੀ ਪਈ, ਅਸੀਂ ਗਵਈਏ ਹਾਂ, ਅਸੀਂ ਹੁਣ ਮੈਂ ਮੈਨੂੰ ਮੰਨ ਲਓ ਕੋਈ ਕਵੇ ਬੰਦਾ ਵੀ ਯਾਰ ਭਾਅ ਜੀ ਕੋਈ ਚੀਜ਼ ਸੁਣਾਓ, ਕੋਈ ਹਿੰਦੂ ਕਵੇ, ਮੈਂ ਤਾਂ ਗਾਊਂਗਾ ਗੌਰਾ ਮਾਂ ਦਾ ਵਿਲਖ ਹੈ ਦੂਜਾ,
ਸਭ ਤੋਂ ਪਹਿਲੇ ਹੁੰਦੀ ਪੂਜਾ ਹੈ। ਇਹਨੂੰ ਲੱਡੂਆਂ ਦਾ ਭੋਗ ਲਵਾਈਏ, ਸਾਰੇ ਕੰਮ ਰਾਸ ਹੋਣਗੇ। ਹੈ ਗਣਪਤੀ ਜੀ ਗਣੇਸ਼ ਨੂੰ ਉੱਥੇ ਆਈਏ, ਮੇਰਾ ਫਰਜ਼ ਆ ਸਾਰੇ ਖੁਸ਼ ਰਹਿਣ। ਹੁਣ ਜੇ ਮੁਸਲਮਾਨ ਮੈਨੂੰ ਕਹਿ ਦੇ ਅੱਲਾ ਮੁਹੰਮਦ ਚਾਰ ਯਾਰ ਹਾਜੀ ਖਵਾਜਾ ਕੁਤਬ ਫਰੀਦ ਅੱਲਾ, ਗਵਈਏ ਦਾ ਕੋਈ ਧਰਮ ਨਹੀਂ ਹੈਗਾ ਜੇ ਤੁਸੀਂ ਕਹੋ, ਅਤੇ ਜੇ ਕੀਰਤਨ ਕਰਨਾ ਪਵੇ ਤਾਂ ਉਹ ਤਾਂ ਸਾਡੇ ਹੱਡਾਂ 'ਚ ਰਚਿਆ ਹੈ। ਇੱਕ ਚੀਜ਼ ਹੋਰ ਭਾਅ ਜੀ, ਅੱਜ ਕੱਲ੍ਹ ਲੋਕ ਇੱਕ ਦੂਜੇ ਨੂੰ ਰੋਸਟ ਕਰਦੇ ਨੇ, ਇੱਕ ਦੂਜੇ ਦੀ ਬਦਨਾਮੀ ਕਰਦੇ ਨੇ, ਉਹ ਪਰਸਨਲੀ ਗੱਲ ਕਿਉਂ ਨਹੀਂ ਕਰਦੇ ਉਸ ਬੰਦੇ ਨਾਲ ਵੀ ਭਾਈ ਤੂੰ ਐਵੇਂ ਕਿਉਂ ਆ? ਨਹੀਂ ਭਾਅ ਜੀ, ਉਹ ਕਿਉਂ ਕਰਨ ਲੋਕਾਂ ਸਾਹਮਣੇ? ਨਹੀਂ ਤੁਸੀਂ ਵੀ ਇੱਥੇ ਗਲਤ ਆ, ਮੈਂ ਵੀ ਗਲਤ ਹੋ ਜਾ, ਪੁੱਛੋ ਕਿੱਦਾਂ ਕਿਵੇਂ? ਉਹ ਜਿਹੜਾ ਨੰਬਰ ਆਉਂਦਾ ਨਾ ਕੇ ਅਤੇ ਐਮ, ਉਹ ਨਹੀਂ ਜੀਣ ਦਿੰਦਾ। ਕੇ ਅਤੇ ਐਮ, ਕੇ ਅਤੇ ਕੇ ਹਜ਼ਾਰਾਂ 'ਚ ਅਤੇ ਐਮ ਲੱਖਾਂ 'ਚ, ਉਹ ਨਹੀਂ ਜੀਣ ਦਿੰਦਾ। ਇਹ ਚੱਕਰ ਹੈ, ਉਹ ਖੇਡ ਸਾਰੀ ਉਹਦੀ ਆ। ਆਪਾਂ ਕਿਸੇ ਦੀ ਇੱਜ਼ਤ, ਲੋਕ ਹੈ ਨਾ ਵੀ ਅੱਜ ਕੱਲ੍ਹ ਇੱਜ਼ਤ ਬਦਨਾਮ ਕਰਨ 'ਤੇ ਕਰ ਸਕਦੇ ਹਾਂ, ਪਰ ਕਿਸੇ ਦੀ ਮਦਦ ਨਹੀਂ ਕਰ ਸਕਦੇ। ਚਲੋ ਮੇਰੇ ਕੋਲ ਵੀ ਇੱਕ ਮਸਲਾ ਆਇਆ ਵਾ, ਪਰ ਮੈਂ ਗੱਲ ਨਹੀਂ ਕਰਨੀ, ਨਾਂ ਨਹੀਂ ਲਊਂਗਾ, ਪਰ ਥੋੜ੍ਹਾ ਦੇਖਣਾ ਵੀ ਚਾਹੀਦਾ। ਦੇਖੋ ਵੀਰ, ਮੈਂ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ, ਜਦੋਂ ਕੋਈ ਦਾੜੇ ਵਾਲਾ ਸਿੰਘ ਹੋਵੇ ਨਾ, ਉਹਨੂੰ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੋਚ ਕੇ ਥੋੜ੍ਹਾ ਜਿਹਾ ਵਿਚਾਰ ਕਰਿਆ ਕਰੋ, ਯਾਰ ਇਹ ਬੰਦਾ ਦਾੜੇ ਵਾਲਾ ਸਿੰਘ ਆ। ਹੁਣ ਸਾਡੇ ਲੋਕ ਪਤਾ ਕੀ ਕਰਦੇ, ਲੋਕ ਦੂਜਾ ਕੋਈ ਸੋਚ ਲੈਂਦਾ ਆ, ਜੇ ਸਾਡੇ ਲੋਕਾਂ ਨੇ ਕਰ ਲਿਆ ਨਾ, ਨਹੀਂ ਕਹਿੰਦੇ ਇਹਨੂੰ ਮਾਰ ਦਿਓ, ਮਾਰ ਦਿਓ, ਕਹਿੰਦੇ ਇਹਨੂੰ ਇਹ ਬਚਣਾ ਨਹੀਂ ਚਾਹੀਦਾ ਜੇ ਇਹਨੇ ਗਲਤੀ ਕੀਤੀ ਹੈ। ਉਹ ਬੰਦਾ ਗਾਂਹ ਵੀਹਾਂ ਬੰਦਿਆਂ ਨੂੰ ਦੱਸਦਾ, ਅਤੇ ਉਹ ਸਾਡੇ ਜਿਹੜੇ ਸਿੱਖ ਆ ਉਹ ਬੁਰੇ ਬਣਦੇ ਆ। ਸੋ ਇਸ ਲਈ ਨਿਮਰਤਾ ਰੱਖਿਆ ਕਰੋ, ਪਿਆਰ ਨਾਲ ਗੱਲ ਕਰੋ। ਹੁਣ ਕਈ ਵਾਰੀ ਸਾਡਾ ਧੀ ਪੁੱਤ ਇਹੋ ਜਿਹਾ ਕੰਮ ਕਰ ਦਿੰਦਾ ਆ, ਉਹਨੂੰ ਤੁਸੀਂ ਅੱਖ ਬੰਦ ਕਰਦੇ ਹੋ ਕਿ ਨਹੀਂ ਕਰਦੇ? ਅਤੇ ਕੀਤੇ ਵੀ ਹੋਣਗੇ। ਅਤੇ ਜੇ ਕਿਸੇ ਬਗਾਨੇ ਪੁੱਤ ਨੇ ਕੋਈ, ਚਲੋ ਉਹ ਓਨਾ ਵੀ ਮਾੜਾ ਕੰਮ ਨਹੀਂ, ਜੇ ਕੋਈ ਮਾੜੀ ਮੋਟੀ ਜੇ ਕੋਈ 19-21 ਸਾਡੇ ਵਰਗੇ ਕੋਈ ਬੋਲ ਹੋ ਗਈ, ਤਾਂ ਤੁਸੀਂ ਕਿਉਂ ਨਹੀਂ ਆਪਣੇ ਮਨ 'ਚ ਰੱਖਦੇ ਯਾਰ ਇਹ ਵੀ ਸਾਡਾ ਬੱਚਾ ਹੀ ਹੈ, ਇਹ ਵੀ ਗੁਰਸਿੱਖ ਬੱਚਾ ਹੈ, ਕਿੱਡੀ ਗੱਲ ਹੈ ਨਾ? ਜਾਂ ਤਾਂ ਅਸੀਂ ਸੁੱਲੇ ਹੋਈਏ, ਉਹ ਵੀ ਗੱਲ ਵੱਖਰੀ ਹੈ। ਇਹ ਚੀਜ਼ ਹੈ। ਅੱਛਾ ਤੁਸੀਂ ਇੱਕ ਗੱਲ ਹੋਰ, ਦਾੜੇ ਦਾ ਰੋਬ ਕਿੰਨਾ ਹੈ ਅੱਜ ਕੱਲ੍ਹ? ਸਾਰੇ ਚਲੋ ਕਟਾ ਦੇ, ਮੈਂ ਵੀ ਚਲੋ ਕਟਿੰਗ ਕਰਾਈ ਹੋਈ ਹੈ, ਦਾੜੇ ਦਾ ਅਸਲ ਰੋਬ ਕਿੰਨਾ ਹੁੰਦਾ? ਪਾਸ਼ਾ ਉਹ, ਇਹ ਤਾਂ ਸਾਡੇ ਗਹਿਣੇ ਆ ਜੀ, ਆਹ ਦੇਖੋ ਆਹ ਹੀਰੇ ਆ ਇਹ ਨਾ, ਹੁਣ ਇਹ ਆ ਸਾਡੇ ਹੀਰੇ, ਇਹਨਾਂ ਨੂੰ ਅਸੀਂ ਹੀਰੇ ਕਹਿੰਦੇ ਹਾਂ। ਹੁਣ ਸਾਡੀ ਜ਼ਿਆਦਾ ਇੱਜ਼ਤ ਹੋਣੀ ਆ ਆਹ ਹੀਰਿਆਂ ਕਰਕੇ। ਭਾਜੀ ਇੱਕ ਚੀਜ਼ ਹੋਰ, ਪਹਿਲਾਂ ਤੁਸੀਂ ਜ਼ੋਮੈਟੋ 'ਤੇ ਹੈ ਨਾ ਜਦੋਂ ਜੋਬ ਕਰਦੇ ਹੁੰਦੇ ਸੀ, ਲੋਕ ਕਹਿੰਦੇ ਨਹੀਂ ਭਾਜੀ ਯਾਰ ਉਹੀ ਵੀਡੀਓ ਲੈ ਕੇ ਆਓ ਮਾੜੀਆਂ ਜੀਆਂ? ਨਹੀਂ ਐਕਚੁਅਲ ਪਤਾ ਕੀ ਗੱਲ, ਹੁਣ ਬਾਬਾ ਜੀ ਦਾ ਚਿਹਰਾ ਬਣ ਗਿਆ। ਹਾਂ ਜਦੋਂ ਮੈਂ ਲਾਈਵ ਹੁੰਦਾ ਨਾ, ਉਦੋਂ ਆਰਡਰ ਕੈਂਸਲ, ਆਰਡਰ ਕੈਂਸਲ, ਆਰਡਰ ਕੈਂਸਲ ਚੱਲਦਾ ਆ, ਨੀਚੇ ਹਜ਼ਾਰਾਂ ਮੈਸੇਜ ਆਉਂਦੇ ਆ। ਬਟ ਗੱਲ ਇਹ ਵੀ ਹੁਣ ਰੁੱਖ ਮੈਨੂੰ ਵੀ ਚੇਂਜ ਕਰਨਾ ਪੈਣਾ ਹੈ ਨਾ, ਹੁਣ ਕਿੰਨੀ ਕੁ ਦੇਰ ਮਰੂਤੀ 800 ਚਲਾਉਂਦਾ ਰਹੂੰਗਾ? ਸਮਝਦੇ ਨਾ, ਰੈਂਗਲਰ ਵੀ ਲੈ ਕੇ ਆਣੀ ਆ। ਬਿਲਕੁਲ ਨਹੀਂ, ਡਿਫੈਂਡਰ, ਡਿਫੈਂਡਰ ਉਹੀ ਹੈ ਉਹ। ਹਾਂ ਆਰਟਿਸਟਾਂ ਕੋਲ, ਸਾਰੇ ਕੋਲ ਅੱਜ ਕੱਲ੍ਹ। ਹਾਂ ਬਿਲਕੁਲ, ਉਹ ਆਪਣੇ ਵਡਾਲੀ ਸਾਹਿਬ ਨੇ ਵੀ ਹੁਣ ਨਵੀਂ ਨਵੀਂ ਲਈ ਆ। ਚਲੋ ਮਾਰੇ ਭਲਾ ਕਰੇ, ਸਮਾਂ ਦੇਖੋ। ਬਾਕੀ ਕਿਰਪਾ ਤੁਸੀਂ ਸਾਰਿਆਂ ਨੇ ਕਰਨੀ ਆ ਫੋਲੋਅਰਾਂ ਦੇ। ਹਾਂ ਹਾਂ ਨਹੀਂ ਨਹੀਂ, ਬਾਕੀ ਮੈਂ ਇਹ ਕਹਿਣਾ ਚਾਹੁੰਦਾ ਹਾਂ, ਦੇਖੋ ਸਾਰੇ ਜਾਣੇ ਜੇ ਕੋਈ ਹਿੰਦੂ ਆ, ਈਸਾਈ ਆ, ਆਪਣੇ ਧਰਮ ਨਾਲ ਪੱਕਾ ਰਹੋ, ਫਿਰ ਸਵਾਦ ਆ। ਜੇ ਤੁਸੀਂ ਕਿਸੇ ਦੀ ਗਲਤੀ ਕੱਢਦੇ ਹੋ ਨਾ, ਸੋ ਇਹ ਸੋਚੋ ਵੀ ਤੁਸੀਂ ਆਪ ਨਹੀਂ ਠੀਕ ਹੈਗੇ। ਮੈਨੂੰ ਤੁਸੀਂ ਕਦੀ ਦੇਖਿਆ ਮੈਂ ਕਿਸੇ ਦੀ ਗਲਤੀ ਕੱਢੀ ਜਾਂ ਕੁਛ ਵੀ?
ਸਾਡੇ 'ਚ ਆਪਣੀਆਂ ਗਲਤੀਆਂ ਬੜੀਆਂ, ਆਪਣੀਆਂ ਸਹੀ ਕਰ ਲਈਏ ਅਤੇ ਕਿਸੇ ਦੀ ਗਲਤੀ ਕੱਢਾਂਗੇ, ਸਾਨੂੰ ਕੀ ਲੋੜ ਹੈ। ਹੁਣ ਇੱਕ ਚੀਜ਼ ਮੈਂ ਤੁਹਾਨੂੰ ਪੁੱਛਦਾ, ਕਹੋ ਗੋਪੀ ਗੋਪ ਗੋਪੰਗਮ, ਗੋਪੀ ਗੋਪ ਗਮ ਗਮ ਹੋ ਗਿਆ। ਹੁਣ ਅਸੀਂ ਆਪਣੀ ਗਲਤੀ ਸੁਧਾਰੀਏ ਕਿ ਕਿਸੇ ਨੂੰ ਕਹੀਏ ਵੀ ਤੂੰ ਆਪਣਾ ਸੈੱਟ ਕਰ। ਅਸੀਂ ਤਾਂ ਆਪਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਿਓ ਨੂੰ ਵੇਖਣਾ ਨਾ, ਅਸੀਂ ਉਹਨੂੰ ਆਪਣੇ ਹਿਰਦੇ 'ਚ ਵਸਾ ਸਕੀਏ ਬੋਲ ਕੇ। ਅਸੀਂ ਕਿਉਂ ਕਿਸੇ ਦੀ ਗਲਤੀ ਕੱਢੀਏ ਵੀ, ਅਸੀਂ ਇੰਨੇ ਵਿਹਲੇ ਹੀ ਨਹੀਂ ਹੈਗੇ। ਲੋਕ ਸਾਡੇ ਵੱਲ ਵੇਖੀ ਜਾਣ ਬਈ ਇਹ ਕਰਦੇ ਕੀ ਆ, ਇਹ ਚੀਜ਼ ਦਾ ਫਰਕ ਹੈ ਸਾਡੇ 'ਚ, ਇਹ ਚੀਜ਼ ਦਾ। ਸੋ ਬਹੁਤ ਬਹੁਤ ਧੰਨਵਾਦ, ਜਾਂਦੇ ਜਾਂਦੇ ਸਾਡੇ ਪਲੇਟਫਾਰਮ ਰਾਹੀਂ ਕੁਛ ਕਹਿਣਾ ਚਾਹੋਗੇ ਆਪਣੇ ਫੈਨ? ਮੈਂ ਇਹੀ ਕਹਿਣਾ ਚਾਹੁੰਦਾ ਵੀ ਸਾਰੇ ਜਾਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜੇ ਰਹੋ, ਆਪਣੇ ਆਪਣੇ ਧਰਮਾਂ 'ਚ ਸਾਰੇ ਜਾਣੇ ਗੁਰੂ। ਜੇ ਕੋਈ ਹਿੰਦੂ ਆ ਉਹਨੂੰ ਹਨੂੰਮਾਨ ਚਾਲੀਸਾ ਕੰਠ ਹੋਣੀ ਚਾਹੀਦੀ ਹੈ, ਜੇ ਕੋਈ ਈਸਾਈ ਆ ਉਹਨੂੰ ਬਾਈਬਲ ਦਾ ਸਾਰਾ ਕੁਛ ਪਤਾ ਹੋਣਾ ਚਾਹੀਦਾ ਆ, ਜੇ ਕੋਈ ਮੁਸਲਮਾਨ ਆ ਮੋਮਟੇਨ ਆ ਉਹਨੂੰ ਕੁਰਾਨ ਦਾ ਜ਼ਰੂਰ ਪਤਾ ਹੋਣਾ ਚਾਹੀਦਾ। ਆਪਣੇ ਧਰਮਾਂ ਨਾਲ ਜ਼ਰੂਰ ਜੁੜੇ ਰਹੋ, ਬਾਹਰ ਨਾ ਹੋਵੋ ਆਪਣੇ ਆਪ ਤੋਂ, ਆਪਾਂ ਤੋਂ ਬਾਹਰ ਨਾ ਹੋਵੋ। ਬਸ ਮੈਂ ਇਹੀ ਕਹਿਣਾ ਚਾਹੁੰਦਾ, ਆਪਣਾ ਪਰਿਵਾਰ ਸਾਂਭੋ, ਕਿਸੇ ਦੀਆਂ ਗਲਤੀਆਂ ਨਾ ਕਰੋ। ਅਤੇ ਤੁਸੀਂ ਵੀ DP ਲਾ ਦਿਓ, ਈਮੇਲ ਆ ਜੂਗੀ ਟਾਈਮ ਨਾਲ। ਨਹੀਂ ਉਹ ਆ ਤਾਂ ਗਈ ਆ, ਤੁਹਾਨੂੰ ਪਤਾ ਹੀ ਆ। ਨਹੀਂ ਉਹਨਾਂ ਨੂੰ ਵੀ ਆ ਜੂਗੀ ਨਾ, ਆਪਾਂ ਦੋਨੇ ਇੱਕ ਵਾਰੀ ਕਰ ਦਈਏ ਇੱਦਾਂ ਹੈ ਨਾ। ਸੋ ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਲੈ ਕੇ ਆਵਾਂਗੇ ਇਹ ਜੇ ਸਿਤਾਰੇ ਦੇ ਨਾਲ। ਮੈਨੂੰ ਦੋ ਇਜਾਜ਼ਤ, ਸਤਿ ਸ਼੍ਰੀ ਅਕਾਲ।